अपना हिंदुस्तान दा और दुनिया दा है एक कोविड ਹੁਣ ਮੈਂ ਇਸ ਲਈ ਕਹਿ ਰਿਹਾ ਤੁਹਾਨੂੰ ਕਿਉਂਕਿ ਮੈਂ 22 ਮਾਰਚ ਤੋਂ ਜਦੋਂ ਤੋਂ ਲੌਕਡਾਊਨ ਹੋਇਆ ਹਰ ਹਫਤੇ ਆ ਮੇਰਾ ਖਲਸੋਣ ਮਸਤਾਰ ਮਾਨ ਸਾਡੀ ਸਾਡੀ ਗੱਲਬਾਤ ਹੈ ਮੈਂ ਤੁਹਾਨੂੰ ਕਰਦਾ ਰਿਹਾ ਹਾਂ ਔਰ ਦੱਸਦਾ ਰਿਹਾ ਹਾਂ ਕਿ ਅਗਰ ਆਪਾਂ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਕੁਝ ਸਾਡੇ ਮਾਹਰ ਜਿਹੜੇ ਸਾਡੇ ਡਾਕਟਰ ਨੇ ਸਾਡੇ ਸਾਇੰਟਿਸਟ ਨੇ ਉਹ ਸਾਨੂੰ ਦੱਸਦੇ ਨੇ ਕੀ 3 ਕਾਕੀਆ ਮਾਸਕ ਪਾਓ ਹੱਤ ਤੋ ਸੋਸ਼ਲ ਡਿਸਟੈਂਸਿੰਗ ਰੱਖੋ ਔਰ ਪੰਜਾਬ ਸ਼ੁਰੂ-ਸ਼ੁਰੂ ਚ ਕੰਟਰੋਲ ਵੀ ਹੋ ਗਿਆ ਸੀ ਅਸੀਂ ਔਰ ਕੇਰਲ ਨੰਬਰ 1 ਤੇ ਆਏ ਸੀ ਕਿਉਂਕਿ ਲੋਗ ਮੰਨਣ ਲੱਗੇ ਸੀ ਕਿ ਇਹ ਗੱਲਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਆਸਾ-ਆਸਾ ਜਿਵੇਂ ਆਪਣੀ ਆਦਤ ਹੈ ਪੰਜਾਬੀਆਂ ਦੀ ਕਿ ਸਭ ਰੱਬ ਦੇ ਹੱਥ ਹੈ ਤੁਸੀਂ ਇਹ ਗੱਲਾਂ ਭੁੱਲ ਗਏ ਹੋ ਔਰ ਅੱਜ ਸਾਡੇ ਨੰਬਰ ਵਧਣ ਲੱਗੇ ਨੇ ਇਹਦਾ ਫਾਇਦਾ ਕੀ ਹੋਇਆ ਦੱਸੋ ਅੱਜ ਸਮੇ ਆ ਗਿਆ ਕਿ ਅੱਜ ਜਦ ਜ਼ਿਆਦਾ ਫਲਾਓ ਹੋ ਗਿਆ ਇਸ ਬਿਮਾਰੀ ਦਾ ਪੰਜਾਬ ਦੇ ਔਰ ਹਿੰਦੁਸਤਾਨ ਦੇ ਵਿੱਚ ਹੋਰ ਕਦਮ ਚੱਕਣ ਦੀ ਸਾਨੂੰ ਲੋੜ ਹੈ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਕੱਲ ਮੇਰੀ ਮੀਟਿੰਗ ਹੋਈ ਸਾਡੇ ਡਾਕਟਰਾਂ ਦੀ ਟੀਮ ਸੀ ਸਾਡੇ ਬਾਕੀ ਹੈਲਥ ਮਹਿਕਮਾ ਸੀ ਹੋਰ ਸੀ ਔਰ ਅਸੀਂ ਮੈਨੂੰ ਇਹ ਆંકੜੇ ਦੇਖ ਕੇ ਬਹੁਤ ਬੁਰਾ ਲੱਗਿਆ ਕਿ ਮੇਰੇ ਪੰਜਾਬ ਦੇ ਵਿੱਚ ਆ ਗੱਲਾਂ ਇੱਥੇ ਹੋ ਰਹੀਆਂ ਨੇ ਔਰ ਮੈਂ ਕੱਲ ਤੋਂ ਕੁਝ ਸਖਤੀ ਕਰਨ ਦੇ ਹੁਕਮ ਲੈ ਕੇ ਆਇਆ ਔਰ ਉਹ ਅੱਜ ਐਲਾਨ ਹੋ ਜਾਣਗੇ ਸਖਤੀ ਕਰਨੀ ਪੈ ਰਹੀ ਹੈ ਮੈਨੂੰ ਕਿਉਂਕਿ ਲੋਕ ਨਹੀਂ ਮਨਦੇ ਜਦ ਤੱਕ ਤੁਸੀਂ ਨਹੀਂ ਮੰਨਦੇ ਇਹ ਗੱਲ ਨਹੀਂ ਸਿਰੇ ਚੜ੍ਹਦੀ ਮੈਂ ਮੰਨਣ ਦੀ ਗੱਲ ਤੁਹਾਨੂੰ ਦੱਸਾਂ ਕਿ 22 ਮਾਰਚ ਤੋਂ ਲੈ ਕੇ ਅੱਜ ਤੱਕ ਕਿੰਨੇ ਹਫ਼ਤੇ ਹੋ ਗਏ ਨੇ ਡੇਲੀ ਮੇਰੇ ਕੋਲ ਰਿਪੋਰਟ ਆਉਂਦੀ ਹੈ ਇਹ ਡੇਲੀ ਰਿਪੋਰਟ ਹੈ ਜਿਹੜੇ ਮੇਰੇ ਕੋਲ ਆਉਂਦੀ ਹੈ ਕਿ ਜਦੋਂ 마ਸਕ ਨਹੀਂ ਪਾਇਆ ਚਲਾਨ ਕਰ ਦਿੱਤਾ ਜਾਂ ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਤੁਹਾਨੂੰ ਪਤਾ ਕਿੰਨੇ ਨੇ ਇਹ ਜਿਹੇ ਬੰਦੇ ਹਰ ਰੋਜ਼ 3000 ਤੋਂ ਲੈ ਕੇ 6000 ਤੱਕ ਲੋਕਾਂ ਦਾ ਚਲਾਨ ਹੁੰਦਾ ਹੈ ਮਾਸਕ ਨਹੀਂ ਪਾਉਣ ਦਾ ਉਨਕੀ ਔਖਾ ਹੈ ਆਪਾਂ ਨੂੰ ਮਾਸਕ ਪਾਉਣਾ ਔਰ ਮਹਰਦਾਸ ਨੇ ਕਿ ਅਗਰ ਆਪਾਂ ਇਹ ਮਾਸਕ ਰੱਖੀਏ ਤਾਂ ਇਹ ਦੇ ਨਾਲ 75% ਦੀ ਤੁਹਾਡਾ ਬਚਾਅ ਹੋ ਸਕਦਾ ਹੈ ਲੋਕਾਂ ਦਾ ਬਚਾਅ ਹੋ ਸਕਦਾ ਹੈ ਤਾਂ ਤੁਸੀਂ ਲੋਕਾਂ ਨੂੰ ਨਹੀਂ ਬਚਾਉਣਾ ਆਪਣੇ ਆਪ ਨੂੰ ਨਹੀਂ ਬਚਾਉਣਾ ਆਪਣੇ ਪਰਿਵਾਰਾਂ ਨੂੰ ਨਹੀਂ ਬਚਾਉਣਾ ਮੈਂ ਤਾਂ ਇਹ ਨਹੀਂ ਸਮਝਉਂਦੀ ਸੀ ਕਿੰਨੇ ਮਹੀਨੇ ਹੋ ਗਏ ਨੇ ਮਾਰਤੋਂ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੇ ਅਸੀਂ ਪਹੁੰਚ ਗਏ ਪੰਜ ਮਹੀਨੇ ਹੋ ਗਏ ਨੇ ਉਹੀ ਲੋਕ ਤੁਸੀਂ ਤੁਰ ਤੇ ਤੁਰਦੇ ਫਿਰਦੇ ਹੋ ਬਗੈਰ ਮਾਸਕ ਪਾਏ ਬਗੈਰ ਸੋਚੇ ਕਿ ਪੰਜਾਬ ਕੀ ਹੋ ਰਿਹਾ ਹੈ ਦੇਖੋ ਅੱਜ ਕੀ ਅੱਜ ਮੇਰੇ ਕੋਲ ਅੰਕੜੇ ਨੇ ਅੱਜ ਤਾਈ ਥੋੜੇ ਕੋਲ 37824 ਬੰਦਿਆਂ ਨੂੰ ਕੋਵਿਡ ਹੋਇਆ ਹੋਇਆ ਹੈ ਸਾਡੇ ਕਨਫਰਮਡ ਕੇਸਿਸ ਨੇ ਜੋ ਪੰਜਾਬ ਦੇ ਵਿੱਚ ਅੱਜ ਤੇ ਕੱਲ ਦਾ ਦਿਨ 1748 ਹੈ ਔਰ ਸਾਡੇ 957 ਮੌਤਾਂ ਹੋਈਆਂ ਨੇ ਸਾਰ ਔਰ ਕੱਲ ਦੇ ਦਿਨ 73 ਮੌਤਾਂ ਅੱਜ ਸਾਡੇ ਵੈਂਟિલેਟਰ ਸਪੋਰਟ ਤੇ 12 ਨਵੇਂ ਕੇਸ ਆਏ ਨੇ ਔਰ ਟੋਟਲ ਅੱਜ ਹਸਪੀਟਲ ਦੇ ਵਿੱਚ 39 ਕੇਸ ਨੇ ਸਾਡੇ ਔਰ ਸਾਡੇ ਆਕਸੀਜਨ ਦੇ ਉੱਪਰ 345 ਕੇਸ ਨੇ ਕਿ ਕੀ ਫਾਇਦਾ ਇਹ ਦਾ ਦੱਸੋ ਬੰਦੇ ਇਹ ਤੁਸੀਂ ਰੋਕ ਸਕਦੇ ਹੋ ਮੈਂ ਤਾਂ ਤੁਹਾਨੂੰ ਦੱਸ ਸਕਦਾ ਔਰ ਮੈਂ ਸਰਕਾਰ ਵੱਲੋਂ ਜੋ ਕਦਮ ਚੱਕ ਸਕਦਾ ਮੈਂ ਚੱਕ ਰਿਹਾ ਹਾਂ ਲੇਕਿਨ ਇਹ ਜਿਹੜਾ ਫੈਲਦਾ ਹੈ ਇਹ ਫੈਲਦਾ ਹੈ ਇਹ ਜਦ ਤੁਸੀਂ ਇਹ ਗੱਲਾਂ ਨਹੀਂ ਮੰਨਦੇ ਮੇਰੀਆਂ ਆ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹ ਤਾਂ ਅਜੇ ਆਹ ਸੁਣ ਲੋ ਤੁਸੀਂ ਔਰ ਚੰਗੀ ਤਰ੍ਹਾਂ ਸੁਣ ਲੋ ਕਿ ਇੱਕ ਕਲਦੀ ਰਿਪੋਰਟ ਜੋ ਡਾਕਟਰਾਂ ਦੀ ਰਿਪੋਰਟ ਮੇਰੇ ਕੋਲ आई है ਤੁਹਾਨੂੰ ਪਤਾ ਹੈ ਹਰ ਦਿਨ ਕਿਤੇ ਨਾ ਕਿਤੇ ਪੀਕ ਹੁੰਦੀ ਹੈ ਇਹ ਚੜਦੀ ਹੈ ਬਿਮਾਰੀ ਉੱਪਰ ਨੂੰ ਫਿਰ ਸ਼ਾਇਦ ਥੱਲੇ ਆ ਜਾਏ ਪਤਾ ਨਹੀਂ ਰੱਬ ਜਾਣਦਾ ਹੈ ਆਉਗੀ ਥੱਲੇ ਜਾਂ ਨਹੀਂ ਆਉਗੀ ਲੇਕਿਨ ਦੁਨੀਆ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਇੱਕ ਵਾਰ ਚੜ ਕੇ ਫਿਰ ਥੱਲੇ ਆ ਜਾਂਦੀ ਹੈ ਫਿਰ ਚੜ ਜਾਂਦੀ ਹੈ ਥੱਲੇ ਆ ਜਾਂਦੀ ਹੈ ਔਰ ਹੁਣ ਆ ਦੇਖੋ ਇਸ ਦੇ ਬਾਵਜੂਦ ਕਿ ਆਪਾਂ 5 ਮਹੀਨੇ ਨੰਗਾਤੇ 3 ਸਪਟੈਂਬਰ ਨੂੰ ਡਾਕਟਰ ਦੱਸਦੇ ਨੇ ਕਿ ਜਿਹੜੇ ਹੁਣ ਮੈਂ ਤੁਹਾਨੂੰ ਦੱਸਿਆ ਕਿ 35000 ਬੰਦਾ ਅੱਜ ਹਸਪੀਟਲ 'ਚ ਹੈ ਅਜੇ ਕੋਰੋਨਾ ਦੇ ਨਾਲ ਲੱਗਿਆ ਹੋਇਆ ਹੈ 3 ਸਪਟੈਂਬਰ ਨੂੰ ਇਹ 64000 ਹੋ ਜਾਣਾ ਹੈ। ਔਰ 18 ਸਪਟੈਂਬਰ ਨੂੰ 1 ਲੱਖ 18000 ਹੋ ਜਾਣਾ ਹੈ। ਜਿਹੜੇ ਅੱਜ ਮੌਤਾਂ ਮੈਂ ਤੁਹਾਨੂੰ ਦੱਸਿਆ ਨੇ ਕਿ ਸਾਡੇ ਕੋਲ ਇੱਥੇ 957 ਨੇ ਇਹ 3 ਸਪਟੈਂਬਰ ਨੂੰ 1721 ਹੋ ਜਾਣੀਆਂ ਨੇ ਔਰ ਅੱਗੇ 18 ਤਰੀਕ ਨੂੰ 3148 ਹੁਣ ਇਹਦਾ ਫਾਇਦਾ ਐ ਦੱਸੋ ਮੈਨੂੰ ਕੌਣ ਮਰਦਾ ਐ ਪੰਜਾਬੀ ਮਰਦਾ ਐ ਕੌਣ ਬਿਮਾਰ ਹੁੰਦਾ ਐ ਪੰਜਾਬੀ بیمار ਹੁੰਦਾ ਸਾਡੇ ਲੋਗ ਪੰਜਾਬ ਦੇ ਲੋਗ ਸਾਡੇ ਭੈਣ ਸਾਡੇ ਭਾਈ ਸਾਡੇ ਹੋਰ ਬਜ਼ੁਰਗ ਸਾਡੇ ਹੋਰ ਬੱਚੇ ਸਾਰੇ ਉਹਨਾਂ ਵਾਸਤੇ ਅਪਾ ਇਹ ਨਹੀਂ ਕਰ ਸਕਦੇ ਔਰ ਦੇਖੋ ਇਸ ਨੂੰ ਇਹ ਲਾਈਨ ਕੈਸੇ ਜਾ ਰਹੀ ਐ ਉੱਪਰ ਨੂੰ ਇਹ ਹਾਰੇ ਥੱਲੇ ਨਹੀਂ ਆਈ ਇਹ ਐਸਾ ਐਸਾ 18 ਸਪਟੈਂਬਰ ਤੋਂ ਬਾਅਦ ਉੱਪਰ ਨੂੰ ਜਾ ਰਹੀ ਐ ਅਗੇ ਇਹ ਇਹ ਅੰਕੜੇ ਹੋਰ ਵੱਧ ਜਾਣੇ ਅਗੇ ਨੂੰ ਅਗਰ ਆਪਾਂ ਕਦਮ ਨਹੀਂ ਚੱਕਿਆ ਤਾਂ ਹੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਇਹ ਕੋਵਿਡ ਫਤਿਹ ਮਿਸ਼ਨ ਦੀ ਕਿਤਾਬ ਹੈ ਕੱਲ ਵਾਲੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਰੱਬ ਦੇ ਵਾਸਤੇ ਤੁਸੀਂ ਮੇਰੇ ਆਖੇ ਲੱਗੋ ਔਰ ਆਪਣੇ ਮਾਸਕ ਪਾਓ ਹੱਥ ਧੋ ਔਰ ਇਹ ਜਿਹੜੇ ਕਦਮ ਅਸੀਂ ਹੁਣ ਅੱਜ ਐਲਾਨ ਕਰ ਰਹੇ ਹਾਂ ਸਰਕਾਰ ਵੱਲੋਂ ਕੁਝ ਸਖਤੀ ਕਰ ਰਹੇ ਹਾਂ ਔਰ ਮੈਂ ਤੁਹਾਨੂੰ ਇਹ ਵੀ ਦੱਸਾਂ 31 ਦਿਨ ਮੈਂ ਰੱਖ ਰਹੇ ਹਾਂ ਮੈਂ ਕੱਲ ਦੱਸਿਆ ਸੀ ਔਰ ਅਗਰ ਕਤੀ ਤਾਈਂ ਇੱਕ ਕਾਬੂ ਨਹੀਂ ਆਉਂਦਾ ਪੰਜਾਬ ਤੋਂ ਮੈਂ ਹੋਰ ਸਖਤੀ ਕਰੂੰਗਾ ਮੈਂ ਪੰਜਾਬੀਆਂ ਦੀ ਜਾਨ ਬਚਾਉਣੀ ਆ ਮੈਂ ਨਹੀਂ ਦੇਖਣਾ ਕਿ ਕਿਹੜਾ ਬੰਦਾ ਕੋਈ ਇੱਧਰ ਨਿਕਲ ਕੇ ਕਿਸੇ ਦੇ ਨਾਲ ਜਾ ਕੇ ਉੱਥੇ ਕੋਈ ਪਾਰਟੀਆਂ ਕਰੋ ਜਾਂ ਹੋਰ ਚੀਜ਼ਾਂ ਕਰੋ ਮੇਰਾ ਕੰਮ ਹੈ ਪੰਜਾਬ ਦੀ ਜਾਨਾਂ ਪੰਜਾਬੀਆਂ ਦੀ ਜਾਨਾਂ ਬਚਾਉਣੀ ਆ ਔਰ ਉਹਦੇ ਵਾਸਤੇ ਜੋ ਵੀ ਮੈਨੂੰ ਕਦਮ ਕਰਨ ਚੱਕਣੇ ਪੈਣਗੇ ਮੈਂ ਚੱਕੂਗਾ ਇਹ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਇਹ ਬਿਲਕੁਲ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਮੈਂ ਤਾਂ ਦੇਖਣਾ ਚਾਹੁੰਦਾ ਸੀ ਕਿ ਸਾਡੇ ਪੰਜਾਬ ਦਾ ਨਾਮ ਲੋਕ ਪ੍ਰਾਈਮ ਮਿਨਿਸਟਰ ਬੋਲਨ ਕਿ ਨੰਬਰ 1 ਸੂਬਾ ਪੰਜਾਬ ਹੈ। ਔਰ ਸਾਨੂੰ ਬੁਲਾਇਆ ਪਿੱਛੇ 10 ਸੂਬਿਆਂ ਨੂੰ ਉਥੇ ਇੱਕ ਵੀਡੀਓ ਕਾਨਫਰੈਂਸਿੰਗ ਨਹੀਂ ਕਰਨ ਨੂੰ। ਔਰ ਤੁਹਾਨੂੰ ਪਤਾ ਹੈ ਕਿਉਂ? ਕਿਉਂਕਿ ਆંકੜੇ ਪੰਜਾਬ ਦੇ ਵੱਧਰੇ ਸੇ ਬਾਹਰ। ਅੱਗੇ ਇਹ ਫਟੋਕਾਲ ਚੰਗੀ ਗੱਲ ਹੈ ਕਿ ਪੰਜਾਬ ਦਾ ਨਾਮ ਇਸ ਤਰੀਕੇ ਨਾਲ ਆਵੇ। ਤਾਂ ਮੇਰੀ ਮੈਂ ਤੁਹਾਨੂੰ ਜਿਵੇਂ ਬੇਨਤੀ ਕੀਤੀ ਹੈ ਹੁਣ ਮੇਰੀ ਗੱਲ ਮੰਨੋ। ਨਹੀਂ ਮੰਨੋਗੇ ਤਾਂ ਫਿਰ ਮੈਨੂੰ ਸਖਤੀ ਕਰਨੀ ਪਊਗੀ ਫਿਰ ਨਾ ਮੈਨੂੰ ਕਹਿਣਾ ਹੁਣ ਮੈਂ ਸੋਸ਼ਲ ਮੀਡੀਆ ਤੇ ਕੱਲ ਰਾਤ ਦੇਖ ਰਿਆ ਸੀ ਕਿ ਲੋਕਾਂ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਸੀ ਉਹਨਾਂ ਨੇ ਕੀ ਕਹਿ ਰਹੇ ਸੀ ਕਿ ਕਿਉਂ ਜੀ ਬੰਦ ਕਰ ਰਹੇ ਹੋ ਜੀ ਕਿਉਂ ਜੀ ਬੰਦ ਕਰ ਰਹੇ ਹੋ ਜੀ ਕਿਉਂ ਜੀ ਬੰਦ ਕਰ ਰਹੇ ਹੋ ਇਸ ਕਰਕੇ ਮੈਂ ਬੰਦ ਕਰ ਰਿਹਾ ਜਿਹੜਾ ਇੱਥੇ ਇੱਥੇ ਤੁਸੀਂ ਇਹ ਕਰ ਰਹੇ ਹੋ ਇੱਥੇ ਇੱਥੇ ਪੰਜਾਬ ਦੇ ਵਿੱਚ ਔਰ ਮੈਨੂੰ ਬੜੀ ਅਫਸੋਰਸ ਦੀ ਗੱਲ ਕਹਿਣੀ ਪੈਂਦੀ ਹੈ ਕਿ ਤੁਸੀਂ ਸੁਣਨ ਤੋਂ ਬਿਲਕੁਲ ਅਨਕਾਰ ਹੀ ਕਰ ਦਿੱਤਾ ਤੁਹਾਨੂੰ ਪਰਵਾਹ ਨਹੀਂ ਕਿ ਤੁਹਾਡੇ ਦੋਸਤਾਂ ਨੂੰ ਲੱਗ ਜਾਏ ਤੁਹਾਨੂੰ ਪਰਵਾਹ ਨਹੀਂ ਕਿ ਗਵਾਂਢੀਆਂ ਨੂੰ ਲੱਗ ਜਾਏ ਆਪਣੇ ਪਰਿਵਾਰ ਨੂੰ ਲ ਹੋਰ ਤੁਹਾਡੇ ਮੁਹੱਲੇਦਾਰਾਂ ਨੂੰ ਲੱਗਦਾ ਇਹ ਪਿੰਡ ਦੇ ਵਿੱਚ ਫੈਲ ਜਾਏ ਤਾਂ ਕਿਸੇ ਨੂੰ ਪਰਵਾਹ ਹੀ ਨਹੀਂ ਹੈ। ਕਰੀ ਚੱਲੋ ਕਰੀ ਚੱਲੋ ਔਰ ਬੰਦੇ ਨੂੰ ਮਰਵਾਈ ਚੱਲੋ ਤੁਸੀਂ ਇੱਥੇ। ਤਾਂ ਮੈਂ ਇੱਕ ਬਾਰ ਫੇਰ ਇਹ ਬੇਨਤੀ ਕਰਨਾ ਚਾਹੁੰਦਾ ਹੁਣ ਵਾਇਰੂਸ ਦਾ ਨਾਮ ਲਓ ਔਰ ਇੱਕ ਕਦਮ ਚੱਕੋ ਔਰ ਆਪ ਆਪਨੇ ਸੂਬੇ ਨੂੰ ਬਚਾਈਏ। ਇਹ ਸਾਡਾ ਅੱਜ ਇਸ ਬਿਮਾਰੀ ਬਾਰੇ ਸਾਨੂੰ ਕੁਝ ਨਹੀਂ ਪਤਾ। ਕਦੋਂ ਤਾਈ ਚੱਲੂ ਕਿੱਥੇ ਜਾਉਗੀ ਕਿੱਥੇ ਨਹੀਂ ਜਾਉਗੀ ਕਿੱਥੇ ਤਾਈ ਪਹੁੰਚ ਜਾਣੀ ਹੈ। ਦੁਨੀਆ ਦੇ ਅਮਰੀਕਾ ਦੇ ਕੋਲ ਰੋਜ਼ ਹੀ ਲੱਖਾਂ ਬੰਦੇ ਉੱਥੇ ਮਰ ਰਹੇ ਨੇ ਉੱਥੇ ਕਰੋਨਾ ਹੋਈ ਜਾ ਰਿਹਾ ਮਰੀ ਜਾ ਰਹੇ ਨੇ ਸਾਰੀ ਦੁਨੀਆ ਦੇ ਵਿੱਚ ਹੋਈ ਜਾ ਰਿਹਾ ਮੁਕਤਾ ਨਹੀਂ ਰਿਹਾ ਔਰ ਅਮਰੀਕਾ ਸਾਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਹਰਿਆਣਾ ਹਿੰਦੁਸਤਾਨ ਸਭ ਬਾਅਦ ਆਇਆ ਸੀਗਾ ਇੱਥੇ ਤਾਂ ਜਿਹੜਾ ਕੁਝ ਉੱਥੇ ਚੱਲ ਰਿਹਾ ਦੇਖਿਆ ਦਾ ਸਰ ਉਹ ਆਪਣੇ ਟੈਲੀਵਿਜ਼ਨ ਸਕਰੀਨਾਂ ਤੇ ਤੁਹਾਡੇ ਰੋਜ਼ ਤਾਂ ਲੱਗ ਰਿਹਾ ਉੱਥੇ ਤੇ ਦੱਸ ਦੇਖੋ ਉੱਥੇ ਕੀ ਹੋ ਰਿਹਾ ਹਾਲ ਆਪਾਂ ਅਮਰੀਕਾ ਨਹੀਂ ਬਣ ਦੇਣਾ ਪੰਜਾਬ ਪੰਜਾਬ ਸਾਡਾ ਪੰਜਾਬ ਹੈ ਔਰ ਪੰਜਾਬ ਦੇ ਵਿੱਚ ਹਿੰਮਤੀ ਲੋਕ ਨੇ ਪੰਜਾਬ ਦੇ ਵਿੱਚ ਉਹ ਲੋਕ ਨੇ ਜਿਹੜੇ ਹਰ ਵੇਲੇ ਆਪਣੇ ਨਵੇਂ ਕਦਮ ਚੱਕਣ ਨੂੰ ਤਿਆਰ ਹੋ ਜਾਂਦੇ ਨੇ ਔਰ ਕ ਇਹ ਇਹ ਜਿਹੜਾ ਕਦਮ ਮੈਂ ਤੁਹਾਨੂੰ ਕਹਿ ਰਿਹਾ ਚੱਕਣ ਨੂੰ ਇਹ ਆਪਣੇ ਸੂਬੇ ਨੂੰ ਬਚਾਉਣ ਦਾ ਕਦਮ ਹੈ ਆਪਣੇ ਪਰਿਵਾਰਾਂ ਨੂੰ ਬਚਾਉਣ ਦਾ ਕਦਮ ਹੈ ਤੇ ਮੈਂ ਆਸ ਕਰਦਾ ਹਾਂ ਤੂੰ ਤੁਸੀਂ ਹੁਣ ਮੇਰੀ ਗੱਲ ਮੰਨੋਗੇ ਤਾਂ ਕਿ ਅਗਲੀ ਵਾਰ ਅਗਲੇ ਹਫਤੇ ਮੈਂ ਫੇਰੇ ਆંકੜੇ ਦੇਖੂਗਾ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਹ ਜਿਹੜੀ ਮੇਰੀ ਗੱਲ ਹੈ ਇਹਦੇ ਮੰਨੋਗੇ ਔਰ ਉਹ ਆંકੜੇ ਜਿਹੜੇ ਹੋਣਗੇ ਉਹ ਤੁਹਾਡੇ ਅਗਲੇ ਹਫਤੇ 7 ਦਿਨਾਂ ਦੇ ਜਿਹੜਾ ਕਾਰਨਾਮਾ ਹੋਊਗਾ ਜੋ ਤੁਸੀਂ ਕਰੋਗੇ ਉਹ ਇਹਦੇ ਵਿੱਚ ਦਿਖਾਇਆ ਜਾਏਗਾ ਅੱਜ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸਾਡੇ ਮੁਲਾਜ਼ਮਾਂ ਨੂੰ ਕਈ ਤੁਹਾਡੇ ਜਥੇਬੰਦੀਆਂ ਅੱਜ ਹੜਤਾਲ ਤੇ ਬੈਠੀਆਂ ਨੇ ਔਰ ਮੈਂ ਥੋੜੀ ਮੈਂ ਸਮਝਦਾ ਕਿ ਤੁਹਾਡੇ ਤੁਹਾਡੀ ਜਿਹੜੀਆਂ ਮੰਗਾਂ ਨੇ ਬਹੁਤ ਹੱਦ ਤੱਕ ਜਾਇਜ਼ ਨੇ ਲੇਕਿਨ ਤੁਸੀਂ ਵੀ ਥੋੜਾ ਸਮਝੋ ਕਿ ਪੰਜਾਬ ਕਿਸਔਕੀ ਘੜੀ ਦੇ ਵਿੱਚੋਂ ਗੁਜ਼ਰਿਆ ਇਹਦੇ ਬਾਵਜੂਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਮੰਗਾਂ ਤੇ ਅਸੀਂ ਕੋਈ ਅਮਲ ਕਰੀਏ ਔਰ ਤੁਸੀਂ ਦੇਖੀਏ ਕਿ ਕੈਸੇ ਤੁਹਾਡੀ ਮਦਦ ਕਰ ਸਕਦੇ ਆਂ ਔਰ ਉਹ ਕੰਮ ਸਾਰਾ ਚੱਲ ਰਿਹਾ ਇਸ ਵੇਲੇ। ਅੱਛਾ ਨਹੀਂ ਲੱਗਦਾ ਕਿ ਇਸ ਔਖੀ ਘੜੀ ਦੇ ਵਿੱਚ ਅਗਰ ਸਾਡੇ ਮੁਲਾਜ਼ਮੀ ਇਹ ਗੱਲ ਕਰਨ ਤਾਂ ਕੀ ਆਪਾਂ ਬਾਹਰ ਦੁਨੀਆ ਨੂੰ ਦਿਖਾਵਾਂਗੇ। ਤਾਂ ਮੇਰੀ ਬੇਨਤੀ ਤੁਹਾਨੂੰ ਹੈ ਕਿ ਇਹ ਹੜਤਾਲ ਤੁਸੀਂ ਕਰੋ ਬੰਦ ਔਰ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ। ਫਾਈਨੈਂਸ ਮਿਨਿਸਟਰ ਇਸ ਵੇਲੇ ਸਾਡੇ ਆਪਣੇ ਪਿੰਡ ਨੇ ਕਿਉਂਕਿ ਉਹਨਾਂ ਨੂੰ ਵੀ ਕੁਆਰੰਟੀਨ ਹੋਈ ਹੋਈ ਹੈ ਔਰ ਜਦੋਂ ਆ ਜਾਣਗੇ ਸੋਮਵਾਰ ਨੂੰ ਮੈਂ ਵੀ ਉਹਨਾਂ ਨਾਲ ਬੈਠਾਂਗਾ ਔਰ ਕੋਈ ਹਾਲਤ ਸੀ ਕਟਾਂਗੇ ਨਾ। ਇਹੀ ਮੈਂ ਤੁਹਾਨੂੰ ਇਸ ਬਾਰੇ ਗੈਂਤ ਮੈਂਤੀ ਕਰਨੀ ਸੀ। ਹੁਣ ਆਪਾਂ ਚਲੋ ਦੂਜੀ ਗੱਲਾਂ ਕਰੀਏ ਜਿਹੜੀ ਤੁਸੀਂ ਮੈਨੂੰ ਹਰ ਹਰ ਸਾ ਹਰ ਹਫਤੇ ਮੈਨੂੰ ਪੁੱਛਦੇ ਰਹਿੰਦੇ ਹੋ ਸੀ। ਅਮ ਪਹਿਲਾ ਤਾਂ ਟੈਸਟਿੰਗ ਮੈਂ ਫਿਰ ਕੋਈ ਵਿਦੇਸ ਤੇ ਆਇਆ ਇੱਕ ਗੱਲ ਦੇਖੋ ਗੱਲ ਇਹ ਹੈ ਕਿ ਟੈਸਟਿੰਗ ਵਾਸਤੇ ਉਹਨ ਕੋਈ ਕਮੀ ਨਹੀਂ ਜਦ ਸ਼ੁਰੂ ਹੋਇਆ ਸੀ ਮਾਰਚ ਵਿੱਚ ਸਾਡੇ ਕੋਲ 200 ਟੈਸਟ ਹੁੰਦੇ ਸੀ ਦਿਨ ਚ ਹੁਣ ਅਸੀਂ 30000 ਤੇ ਪਹੁੰਚ ਗਏ ਟੈਸਟ ਜਰੂਰ ਕਰਾਓ ਅਗਰ ਤੁਸੀਂ ਟੈਸਟ ਕਰਾਉਗੇ ਨਾ ਤਾਂ ਉਹ ਟੈਸਟ ਦੇ ਨਾਲ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਪਿਛਲੇ ਕੁਝ ਦਿਨਾਂ ਅੱਗੇ ਅਗਲੇ ਦਿਨਾਂ ਚੀ ਕਿ ਤੁਹਾਨੂੰ ਇਹ ਬਿਮਾਰੀ ਲੱਗੀ ਔਰ ਤੁਸੀਂ ਉਦੋਂ ਅਗਰ ਤੁਸੀਂ ਉਹਦਾ ਇਲਾਜ ਕਰਾਉਣ ਲੱਗ ਜਾਓ ਫਿਰ ਬੰਦੇ ਸਟੇਜ 2 ਜਾਂ ਸਟੇਜ 3 ਜਿੱਥੇ ਜਾ ਕੇ ਇਹ ਮੌਤਾ ਹੋ ਰਿਆ ਨੇ ਉਹਦੇ ਵਿੱਚ ਤੁਸੀਂ ਨਹੀਂ ਪਹੁੰਚੋਗੇ ਪਰ ਟੈਸਟ ਕਰਨਾ ਜ਼ਰੂਰੀ ਹੈ ਮੈਂ ਵੀ ਅੱਜ ਸਵੇਰੇ ਟੈਸਟ ਕਰਾਇਆ ਪਿਛਲੇ ਹਫਤੇ ਮੈਂ ਕਰਾਇਆ ਸੀ ਉਸ ਤੋਂ ਇੱਕ ਪਹਿਲੇ ਹਫਤੇ ਮੈਂ ਕਰਾਇਆ ਸੀ ਕੀ ਬੜੀ ਗੱਲ ਹੈ ਤੁਹਾਡੇ ਟੈਸਟ ਤੁਹਾਡੇ ਟੈਸਟਿੰਗ ਦੀ ਕੋਈ ਕਮੀ ਨਹੀਂ ਜਿੱਥੇ ਸਾਡੀ ਟੀਮਾਂ ਬੈਠੀਆਂ ਨੇ ਜਾ ਕੇ ਆਪਣਾ ਟੈਸਟ ਕਰਾਓ ਇਹ ਤਾਂ ਬੜਾ ਇਹ ਤਾਂ ਬੜਾ ਆਸਾਨ ਤਰੀਕਾ ਹੈ ਪਤਾ ਲਗਾਉਣ ਦਾ ਇਹ ਨਾ ਵੇਟ ਕਰੋ ਕਿ ਮੈਨੂੰ ਮੈਂ ਦੇਖਾਂਗਾ ਜੀ ਮੈਨੂੰ ਫਿਰ ਮੇਰਾ ਛਾਤੀ 'ਚ ਦਰਦ ਹੋਵੇ ਜਾਂ ਮੇਰੇ ਬਦਨ 'ਚ ਦਰਦ ਹੋਵੇ ਤਾਂ ਮੈਂ ਡਾਕਟਰ ਕੋਲ ਜਾਊਂਗਾ ਇਹ ਟੈਸਟ ਨੇ ਤਾਂ ਹਫਤਾ ਪਹਿਲਾਂ ਥੋੜੀ ਛਾਤੀ ਜਾਂ ਥੋੜੇ ਦਰਦ ਤੋਂ ਹਫਤਾ ਪਹਿਲਾਂ ਹੀ ਤੁਹਾਨੂੰ ਦੱਸ ਦੇਣਾ ਕਿ ਤੁਹਾਨੂੰ ਇਹਦੇ 'ਚ ਇਹ ਬਿਮਾਰੀ ਆ ਗਈ ਹੈ ਨਹੀਂ ਔਰ ਤੁਸੀਂ ਔਰ ਦਿਨ ਤੋਂ ਹੀ ਇਲਾਜ ਕਰਾ ਸਕਦੇ ਹੋ ਤੁਸੀਂ ਤਾਂ ਟੈਸਟਿੰਗ ਸਭ ਤੋਂ ਜ਼ਿਆਦਾ ਤੁਸੀਂ ਅੰਗਰੇਜ਼ੀ ਟੈਲੀਵਿਜ਼ਨ ਦੇਖੋ ਕਦੇ ਯੂਕੇ ਹੋਵੇ ਅਮਰੀਕਾ ਹੋਵੇ ਡਾਕਟਰ ਆਉਂਦੇ ਨੇ ਔਰ ਡਾਕਟਰ ਕੀ ਕਹਿੰਦੇ ਨੇ ਟੈਸਟ ਕਰਾਓ ਟੈਸਟ ਕਰਾਓ ਟੈਸਟ ਕਰਾਓ ਟੈਸਟਿੰਗ ਦਾ ਮਤਲਬ ਹੀ ਹੈ ਕਿ ਤੁਹਾਡੀ ਜ਼ਿਆਦਾ ਸਿਹਤ ਵਿਗੜਨ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਏ ਕਿ ਮੈਨੂੰ ਬਿਮਾਰੀ ਹੋ ਰਿਹਾ ਹੈ ਜਾਂ ਇਲਾਜ ਹੋ ਸਕਦਾ ਹੈ ਤਾਂ ਇਹ ਟੈਸਟਿੰਗ ਦੀ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਅ ਦੂਜਾ ਮੈਂ ਮਾਸਕ ਦਾ ਉੱਚ ਤੁਹਾਨੂੰ ਦੱਸ ਦਿੱਤਾ ਬਾਕੀ ਜਿਹੜੇ ਕੁਝ ਕਦਮ ਨੇ ਹੋਰ ਚੱਕਣ ਵਾਸਤੇ ਔਰ ਦੂਸਰੀ ਤੀਸਰੀ ਗੱਲ ਇਹ ਹੈ ਜਿਨ੍ਹਾਂ ਨੂੰ ਬਿਮਾਰੀ ਹੋ ਚੁੱਕੀ ਹੈ ਬਹੁਤ ਲੋਕ ਹੁਣ ਕੱਲ ਪੰਜਾਬ ਪੁਲਿਸ ਨੇ ਆਪਣਾ ਬੜੇ ਸ਼ਾਨਦਾਰ ਤਰੀਕੇ ਨਾਲ ਸਾਰਿਆਂ ਨੇ ਦਸਕਤ ਕਰਕੇ ਭੇਜਦੇ ਕਿ ਅਸੀਂ ਪਲਾਜ਼ਮਾ ਦੇਣ ਨੂੰ ਤਿਆਰ ਆ ਹੁਣ ਸਾਡੇ ਪਲਾਜ਼ਮਾ ਦਾ ਤਿੰਨ ਤਿੰਨ ਏਰੀਆਜ਼ ਨੇ ਇੱਕ ਸਾਡਾ ਹੈ ਅਮਰitsar ਇੱਕ ਫਰੀਦਕੋਟ aur ਇੱਕ ਪਟਿਆਲਾ ਮੈਡੀਕਲ ਕਾਲਜ ਤਿੰਨ ਮੈਡੀਕਲ ਕਾਲਜ ਨੇ ਉਹਤੇ ਤੁਸੀਂ ਪਲਾਜ਼ਮਾ ਦੇ ਸਕਦੇ ਹੋ ਹੁਣ ਪਲਾਜ਼ਮਾ ਦਾ ਮਤਲਬ ਇਹ ਨਹੀਂ ਕਿ ਜਦੋਂ ਤੁਸੀਂ ਜਾਓਗੇ ਉਹ ਤੁਹਾਡਾ ਖੂਨ ਲੈ ਲੈਣਗੇ ਉਹ ਪਹਿਲੇ ਤੁਹਾਨੂੰ ਟੈਸਟ ਕਰਨਗੇ ਕਿ ਤੁਹਾਨੂੰ ਤੁਹਾਡਾ ਖੂਨ ਠੀਕ ਹੈ ਐਂਟੀਬਾਡੀਜ਼ ਉਹਦੇ ਵਿੱਚ ਹੈ aur ਇਹੇ ਚੀਜ਼ਾਂ ਦੇਖ ਕੇ ਜਿਹੜਾ ਬੰਦਾ ਉਹ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਐਂਟੀਬਾਡੀਜ਼ ਠੀਕ ਨੇ ਔਰ ਕੋਈ ਹੋਰ ਚੀਜ਼ ਨਹੀਂ ਹੈ ਉਹਦੇ ਖੂਨ ਦੇ ਵਿੱਚ ਉਹਦਾ ਖੂਨ ਲੈਣਗੇ ਹੁਣ ਜਿਹੜੇ ਪਹਿਲੇ ਵਾਰ ਪਟਿਆਲੇ ਚ ਹੋਇਆ ਸੀ ਪਟਿਆਲੇ ਸੱਤ ਬੰਦੇ ਗਏ ਸੀ ਸਿਰਫ ਤਿੰਨ ਦਾ ਖੂਨ ਲਿੱਤਾ ਸੀ ਉਹਨਾਂ ਨੇ ਕਿਉਂਕਿ ਬਾਕੀ ਆਂਦੇ ਵਿੱਚ ਕੋਈ ਨੁਕਸ ਸੀ ਕਿ ਐਂਟੀਬਾਡੀਜ਼ ਨਹੀਂ ਸੀ ਸਫੀਸ਼ੀਐਂਟ ਜਿੰਨੇ ਸੀ ਤੋਂ ਇਸੇ ਕਾਰਨ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਜਾਓ ਔਰ ਜਿੰਨੇ ਹੁਣ ਸਾਰੀ ਪੁਲਿਸ ਜਾਰੀਆ ਮੇਰਾ ਕਹਿ ਸਾਡੇ 1000 ਤੋਂ ਉੱਪਰ ਸਾਡੇ ਅ ਐ ਨਾ ਜਮਾਨਾ ਨੂੰ ਔਰ ਸਾਡੀ ਬੱਚਿਆਂ ਨੂੰ ਜੋ ਪੁਲਿਸ ਦੇ ਵਿੱਚ ਨੇ ਉਹਨਾਂ ਨੂੰ ਇੱਕ ਕੋਵਿਡ ਹੋ ਚੁੱਕਿਆ ਔਰ ਸਾਰੇ ਨੇ ਕਿਹਾ ਅਸੀਂ ਜਾ ਕੇ ਦੇਵਾਂਗੇ ਔਰ ਤੁਸੀਂ ਵੀ ਜਾਓ ਆ ਮੈਂ ਤੁਹਾਨੂੰ ਆંકੜੇ ਕੀ ਦੱਸਿਆ ਅੱਜ 70824 ਬੰਦਿਆਂ ਨੂੰ ਹੋ ਚੁੱਕਿਆ ਪੰਜਾਬ ਜਿਹੜੇ ਬਿਮਾਰੀ ਤੋਂ ਬਾਅਦ ਅੱਗੇ ਬਾਹਰ ਆਪਣੇ ਘਰਾਂ ਦੇ ਤੁਸੀਂ ਵੀ ਜਾਓ ਤੁਸੀਂ ਕਿਉਂ ਡਰਦੇ ਹੋ ਖੂਨ ਦੇਣ ਤੋਂ ਜਾ ਕੇ ਆਪਣੇ ਕਾਲਜ ਅੰਮ੍ਰਿਤਸਰ ਵਾਲੇ ਉਧਰ ਚਲੇ ਜਾਣਾ ਤੁਜੇ ਰੈਦਰ ਫਰੀਦਕੋਟ ਸਾਹਿਬ ਦੇ ਉਧਰ ਚਲੇ ਜਾਓ ਨਾ ਪਟਿਆਲੇ ਵਾਲੇ ਇਧਰ ਚਲੇ ਜਾਓ ਔਰ ਇਹ ਬਲੱਡ ਦੇ ਕੇ ਤੁਹਾਡਾ ਟੈਸਟ ਹੋ ਜਾਏ ਸ਼ੈ ਲੈ ਲੈਣ ਸ਼ੈ ਨਾਲ ਲੈਣ ਪਰ ਕੋਸ਼ਿਸ਼ ਤਾਂ ਕਰੋ ਤਾਂ ਕਿ ਇਹਦੇ ਨਾਲ ਡਾਕਟਰ ਫਿਰ ਅਗਲੀ ਜਾਨ ਬਚਾ ਸਕਦੇ ਨੇ ਹੋਰਾਂ ਨੂੰ ਜਿਨ੍ਹਾਂ ਨੂੰ ਹੋ ਚੁੱਕਿਆ ਔਰ ਤੁਹਾਡੀ ਇਹ ਇੱਕ ਸੇਵਾ ਹੋਏਗੀ ਆਪਣੇ ਪੰਜਾਬ ਪ੍ਰਤੀ ਆਪਣੇ ਲੋਕਾਂ ਪ੍ਰਤੀ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਹੜੇ ਆ ਕੇ ਸਾਡਾ ਖੂਨ ਲੈਂਦੇ ਨੇ ਟੈਸਟ ਲੈਂਦੇ ਨੇ ਯਾਰ ਉਹਨਾਂ ਦਾ ਜਿਹੜੇ ਤਸ਼ਰੀਕਾਇਰ ਸੈਂਟਰ ਦੇ ਵਿੱਚ ਜਿਨ੍ਹਾਂ ਨੂੰ ਇਹ ਉਹਨਾਂ ਦੀ ਸੇਵਾ ਕਰਦੇ ਨੇ ਜਾਂ ਇਹ ਜੇ ਕੋਈ ਜਿਹੜੇ ਬਿਲਕੁਲ ਫਰੰਟ ਲਾਈਨ ਦੇ ਵਿੱਚ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਜਿਹੜਾ ਦਿਨ ਪਰ ਦਿਨ ਆਪਣੇ ਆਪਣਾ ਖਤਰੇ ਦਾ ਸਾਹਮਣਾ ਕਰਦੇ ਨੇ ਉਹਨਾਂ ਦਾ ਮੈਂ ਧੰਨਵਾਦ ਹਾਂ ਸਾਰਿਆਂ ਦਾ ਮੈਂ ਪੁਲਿਸ ਵਾਲਿਆਂ ਦਾ ਧੰਨਵਾਦੀ ਹਾਂ ਜਿਹੜੇ ਡਿਊਟੀ ਤੇ ਆਪਣਾ ਡਿਊਟੀ ਨਿਭਾਉਂਦੇ ਨੇ ਤਾਂ ਹੀ ਤਾਂ 1100 ਪੁਲਿਸ ਵਾਲਿਆਂ ਨੂੰ ਇਹ ਹੋ ਗਏ ਚੁੱਕੇ ਹੋਰ ਕਿੱਥੇ ਹੁੰਦਾ ਇਹਨਾਂ ਨੂੰ ਇਹਦੇ باوجود ਕਿ ਉਹ ਮਾਸਕ ਪਾਏ ਨੇ ਕਦੇ-ਕਦੇ ਸ਼ਾਇਦ ਕਿਤੇ ਤੇ ਕੇ ਮੇ ਚਾ ਕੇ ਕੋਈ ਚਾਹ ਪੀਣ ਵਾਸਤੇ ਆ ਕੁਝ ਲਾ ਲੈਂਦਾ ਔਰ ਉੱਥੇ ਕੋਈ ਬਿਮਾਰੀ ਹੋ ਜਾਂਦੀ ਅਸਲ ਪਰ ਫਿਰ ਵੀ ਉਹ ਉਹਨਾਂ ਚ ਹੋਇਆ ਤਾਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਨੇ ਦੇਖਣ ਵਾਸਤੇ ਪਰ ਮੈਂ ਉਹਨਾਂ ਨੂੰ ਸਾਰਿਆਂ ਦੀ ਮੈਂ ਔਰ ਜੋ ਐਨ ਜੀਓਜ਼ ਵਗੈਰਾ ਕਰ ਰਹੇ ਨੇ ਪਹਿਲਾਂ ਉਹਨਾਂ ਦਾ ਮੈਂ ਧੰਵਾ ਦਿਆਂ ਕਿ ਤੁਸੀਂ ਇਹ ਗੱਲਾਂ ਸਾਰੀਆਂ ਕੀਤੀਆਂ ਨੇ ਹੁਣ ਇੱਕ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਇੱਕ ਵਧਾਈ ਹੈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਪੰਜਾਬ ਨੂੰ ਜਿਹੜਾ ਅਰਬਨ ਸਵੱਛਤਾ ਸਰਵੇਖੀ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਵਿੱਚ ਨਵਾਂ ਸ਼ਹਿਰ ਮੇਰਾ ਖਿਆਲ ਦੂਜੀ ਵਾਰ ਇਹ ਪਹਿਲੇ 5 ਨੰਬਰ ਤੇ ਪੂਰੇ ਪੰਜਾਬ ਦੇ ਵਿੱਚ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਨੂੰ ਮੰਨਿਆ ਗਿਆ ਔਰ ਮੈਂ ਆਸ ਕਰਦਾ ਹਾਂ ਕਿ ਹੋਰ ਹੋਰ ਆਪਾਂ ਇੱਕ ਕੰਪੀਟੀਸ਼ਨ ਕਰਾ ਦਿਓ ਸਾਰੇ ਸ਼ਹਿਰਾਂ ਦੇ ਕਰਾ ਦਿਓ ਮੈਚ ਹੋਣੇ ਕੇ ਜਿਆਦੇ 올 ਇੰਡੀਆ ਆ ਕੇ ਦੇਖਦੇ ਨੇ ਅਗਲੇ ਸਾਲ ਸਾਰਿਆਂ ਦਾ ਇੱਕ ਇਹੋ ਜਿਹਾ ਕੰਪੀਟੀਸ਼ਨ ਹੋ ਜੇ ਬਠਿੰਡੇ ਦਾ ਪਟਿਆਲੇ ਨਾਲ ਪਟਿਆਲਾ ਸੰਗਰੂੜ ਦਾ ਜਲੰਧਰ ਨਾਲ ਔਰ ਅੰਮ੍ਰਿਤਸਰ ਦਾ ਲੁਧਿਆਣੇ ਨਾਲ ਸਾਰਿਆਂ ਨੂੰ ਉਹਦੇ ਨਾਲ ਆਪਣਾ ਸ਼ਹਿਰ ਵੀ ਸਾਫ਼ ਹੋ ਜੂ ਉਹਦੇ ਨਾਲ ਬਿਮਾਰੀਆਂ ਵੀ ਟਲ ਜਾਂਦੀਆਂ ਨੇ ਔਰ ਉਹਦੇ ਨਾਲ ਸਾਡਾ ਨਾਮ ਵੀ ਆ ਜਾਣਾ ਹੈ ਕਿ ਦੇਖੋ ਪੰਜਾਬ ਦੇ ਸ਼ਹਿਰ ਸਭ ਤੋਂ ਅੱਛੇ ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਸ਼ਹਿਰ ਚੱਲਦੇ ਨੇ। ਤੋਂ ਇਹ ਇਹ ਜਿਹੜੀ ਇਹ ਜਿਹੜੀ ਗੱਲ ਹੈ ਜਿੰਨਾ ਨੇ ਕੀਤੀ ਹੈ ਪਹਿਲੀ ਗੱਲ ਤਾਂ ਉਹ ਮੈਂ ਉਹਨਾਂ ਦਾ ਧੰਨਵਾਦੀ ਹਾਂ। ਫਿਰ ਤੁਸੀਂ ਇੱਕ ਸਵਾਲ ਖੋਇਆ ਸੀ ਕਿ ਪਿੰਡ ਦੇ ਪਾਣੀ ਦਾ ਕਿ ਜਿਹੜੇ ਸਾਡੇ ਪਿੰਡੂ ਇਲਾਕੇ ਨੇ ਘਰ ਘਰ ਕਰਨੇ ਉਹਨਾਂ ਦੇ ਵਿੱਚ ਕੀ ਹੁਣ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 35 ਸਾਡੇ ਪੰਜਾਬ ਚ 35 ਲੱਖ ਸਾਡੇ ਪਿੰਡੂ ਅਜੇ ਘਰਾਣੇ ਨੇ ਜਿੱਥੇ ਪਾਪਾਂ ਲਗਣੀ ਨੇ ਪੀਣ ਦਾ ਪਾਣੀ ਲੱਗਣਾ ਹੈ ਉਹਦੇ ਵਿੱਚੋਂ ਅਸੀਂ 19 ਲੱਖ ਕਰਾ ਚੁੱਕੇ ਹਾਂ ਔਰ ਬਾਕੀ ਕਨੈਕਸ਼ਨ ਅਸੀਂ ਅ ਅਗਲੇ ਸਾਲ ਤੱਕ ਦੇਖੀ ਤੱਕ ਅਸੀਂ ਇਹਨੂੰ ਪੂਰਾ ਕਰਤਾ ਹੈ ਸੋ ਇਹ ਸਾਰਾ ਪੈਸਾ ਆ ਗਿਆ ਸਭ ਕੁਝ ਚੱਲ ਰਿਹਾ ਕੰਮ ਔਰ ਵਧੀਆ ਚੱਲ ਰਿਹਾ ਔਰ ਸਾਰੇ ਨੂੰ ਅਸੀਂ ਠੀਕ ਕਰਕੇ ਦੇਖਾਂਗੇ ਮੈਂ ਉਹਨਾਂ ਦੀ ਉਹਨਾਂ ਦਾ ਧੰਨਵਾਦ ਕਰੀਆ ਉਹਨਾਂ ਦੇ ਅਫਸਰਾਂ ਦਾ ਔਰ ਜਿਹੜੇ ਸਾਡੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਇਹ ਨੂੰ ਸਿਰੇ ਚੜਾਉਣ ਚ ਪੂਰੀ ਪੂਰਾ ਜੋਰ ਲਾ ਰਹੇ ਨੇ ਮੋਹਾਲੀ ਡਿਸਟ੍ਰਿਕਟ ਦਾ ਮੈਂ ਖਾਸ ਕਰਕੇ ਤੁਹਾਨੂੰ ਬੜਾ ਸ਼ੁਕਰਗੁਜ਼ਾਰ ਆਇਆ ਉਹਨਾਂ ਨੂੰ ਵਧਾਈ ਦਿਨਾ ਕਿ ਪੂਰੇ 9 ਜਿਹੜੇ ਜ਼ਿਲ੍ਹੇ ਨੇ ਹਿੰਦੁਸਤਾਨ ਦੇ ਵਿੱਚ ਜਿੱਥੇ ਇਹ ਪੂਰਾ ਹੋ ਚੁੱਕਿਆ ਹੈ ਇਹ ਮੋਹਾਲੀ ਉਹਨਾਂ ਦੇ ਵਿੱਚੋਂ 9 ਵਿੱਚੋਂ ਇੱਕ ਹੈ ਜਿੱਥੇ ਸਾਡਾ ਪੰਜਾਬ ਦਾ ਨੰਬਰ 1 ਔਰ ਹਿੰਦੁਸਤਾਨ ਦਾ ਨੌਰ ਦੇ ਵਿੱਚੋਂ ਇੱਕ ਜਿਹੜਾ ਜ਼ਿਲ੍ਹਾ ਹੈ ਜਿਹਦੇ ਵਿੱਚ ਇਹ ਪਾਣੀ ਦਾ ਪ੍ਰਬੰਧ ਪੂਰਾ ਹੋ ਚੁੱਕਿਆ ਹੈ ਹੁਣ ਮੈਂ ਉਹ ਸਾਗਰ ਸੇਠੀ ਆ ਜੀ ਦੇ ਬਾਰੇ ਕੁਝ ਕਹਿਣਾ ਚਾਹੁੰਦਾ ਉਹ ਸਾਡੇ ਐਸਟੀਐਮ ਨੇ ਸਾਡੇ ਆਈਐਸ ਯੰਗ ਆਈਐਸ ਆਈਐਸ ਨੇ ਉਹਨਾਂ ਦਾ ਨਾਂਗੇ ਸਾਗਰ ਸੇਠੀ ਆ ਜੀ ਐਸਡੀਐਮ ਬੁਲਾੜੇ ਦੇ ਵਿੱਚ ਦੇਖੋ ਜਦੋਂ ਕਿਸੇ ਨੂੰ ਕੁਝ ਦਿਲ ਦੇ ਵਿੱਚੋਂ ਕੋਈ ਗੱਲ ਨਿਕਲਦੀ ਹੋਏ ਇਸ ਨੌਜਵਾਨ ਦੇ ਵਿੱਚ ਨਿਕਲੀ ਹੈ ਨੌਜਵਾਨ ਅਫਸਰ ਦੇ ਵਿੱਚ ਉਹਨੇ ਉਹ ਬੁਲਾੜੇ ਲੱਗੇ ਨੇ ਔਰ ਉਹਨਾਂ ਨੇ ਹੁਣ ਬੁਲਾੜੇ ਦੀ ਸਫਾਈ ਵਾਸਤੇ ਕੰਮ ਸ਼ੁਰੂ ਕਰ ਦਿੱਤਾ ਇਸ ਨੂੰ ਬੂਟੇ ਲਾਉਣ ਲਾਗੇ ਐਵਨਿਊਸ ਬਣਾਉਣ ਲਾਗੇ ਬੂਟਿਆਂ ਦੀ ਤਾਂ ਕਿ ਸੜਕਾਂ ਦੇ ਨਾਲ-ਨਾਲ ਇਹ ਬੂਟੇ ਲੱਗਣ ਅ ਮੈਂ ਉਹਨਾਂ ਨੂੰ ਇਹ ਵੀ ਸੁਜੈਸ਼ਨ ਦੇਣਾ ਚਾਹੁੰਦਾ ਕਿ ਜਿਵੇਂ ਡਾਕਟਰ ਰੰਧਾਵਾ ਨੇ ਚੰਡੀਗੜ੍ਹ ਦੇ ਵਿੱਚ ਕਈ-ਕਈ ਕਿਸਮ ਦੇ ਦਰਖਤ ਉਰੇ ਲਾਏ ਨੇ ਤੁਸੀਂ ਵੀ ਹੋਰ ਕਈ-ਕਈ ਕਿਸਮ ਦੇ ਦਰਖਤ ਲਾਓ ਮੈਂ ਜਾਣਦਾ ਇਹ ਬਿਲਕੁਲ ਦੱਖਣ ਪੰਜਾਬ ਦੇ ਕੋਲ ਹੈ ਰੇਗਿਸਤਾਨ ਦੇ ਬੜੇ ਨਜ਼ਦੀਕ ਹੀ ਹੈ ਲੇਕਿਨ ਫੇਰ ਵੀ ਕਿਕਰ ਬੇਰੀਆਂ ਟਾਲੀ ਤੋਂ ਇਲਾਵਾ ਕੋਈ ਅਹੇਜੇ ਦਰਖਤ ਹੋਣਗੇ ਇੱਥੇ ਚੰਡੀਗੜ੍ਹ ਦੇ ਵਿੱਚ ਜੋ ਰੇਗਿਸਤਾਨ ਦੇ ਨਾਲ ਲੱਗ ਕੇ ਲੱਗ ਸਕਦੇ ਨੇ ਉਹਦਾ ਸਾਗਰਜੀਤ ਤੁਸੀਂ ਇਹਦਾ ਚੈੱਕ ਕਰੋ ਐਂਡ ਚੈੱਕ ਕਰਕੇ ਇਹਦਾ ਪਤਾ ਲੱਗ ਜਾਊਗਾ ਤੁਹਾਨੂੰ ਯੂਟੀ ਐਡਮਿਨਿਸਟ੍ਰੇਸ਼ਨ ਤੋਂ ਔਰ ਉਥੋ ਬੂਟੇ ਉਥੇ ਉਹ ਵੀ ਲਾ ਕੇ ਲਗਾਓ ਤਾਂ ਕਿ ਇੱਕ ਕਿਸਮ ਦੀ ਇਹ ਸਾਰਾ ਆਬ ਹਵਾਈ ਉਥੇ ਫਿਰ ਸ਼ਹਿਰ ਦੀ ਬਦਲ ਜਾਨੀਏ ਦੇਖੋ ਜਦ ਬਗੀਚਾ ਚੰਗਾ ਹੁੰਦਾ ਹੈ ਜਾਂ ਕੋਈ ਐਵੇਨਿਊਸ ਹੋ ਜਾਂਦੇ ਨੇ ਜਾਂ ਕੋਈ ਪਾਰਕਸ ਹੋ ਜਾਂਦੇ ਨੇ ਦਰਖਤਾ ਦੇ ਨਾਲ ਉਹ ਸ਼ਹਿਰ ਵਧੀਆ ਬਣ ਜਾਂਦਾ ਹੈ ਬਾਗ ਨੇ ਬਗੀਚਾ ਹੈ ਫੁੱਲ ਨੇ ਦਰਖਤ ਨੇ ਜੋੜੋ ਸ਼ਹਿਰ ਨੂੰ ਬਣਾਉਂਦੇ ਨੇ ਤੇ ਮੈਂ ਆਸ ਕਰਦਾ ਕਿ ਇਸ ਤਰੀਕੇ ਨਾਲ ਜੋ ਇਸ ਸਿਆਂ ਜਿਹੜਾ ਸਾਡਾ ਨੌਜਵਾਨ ਆਈਐਸ ਆਫਸਰ ਜੋ ਐਸਟੀਐਮਐਸ ਉੱਥੇ ਦਾ ਉਹਨੂੰ ਵਧਾਈ ਵੀ ਹੋਏ ਔਰ ਤੁਹਾਨੂੰ ਵਧਾਈ ਹੋਏ ਔਰ ਮੈਂ ਆਸ ਕਰਦਾ ਕਿ ਤੁਸੀਂ ਵੀ ਉਹਨਾਂ ਦੇ ਨਾਲ ਲੱਗੋ ਸਾਰੇ ਉਹ ਡਾਡੇ ਵਾਲੇ ਐ ਐਸ ਡੀ ਐਮ ਉਹਨਾਂ ਨੂੰ ਨਾਲ ਲਾ ਲੇ ਔਰ ਤੁਸੀਂ ਨੂੰ ਐਸ ਡੀ ਐਮ ਦੇ ਨਾਲ ਲਗੋ ਔਰ ਆਪਣੇ ਸ਼ਹਿਰ ਨੂੰ ਵਧਾਓ ਔਰ ਮੈਂ ਦੇਖਾਂਗੇ ਕਿ ਅਗਰੇ ਸਾਲ ਨਵਾਂ ਸ਼ਹਿਰ ਪਹਿਲਾ ਹੁੰਦਾ ਹੈ ਜਾਂ ਵੱਡਾਡਾ ਪਹਿਲਾ ਹੁੰਦਾ ਹੈ ਆ ਦੇਖਾਂਗੇ ਕੰਪੀਟੀਸ਼ਨ ਦੇ ਵਿੱਚ ਹੁਣ ਸਰਬਜੋਤ ਸਿੰਘ ਸਮਰਾਲੇ ਤੋਂ ਪੁੱਛ ਰਹੇ ਨੇ ਕਿ ਪਿਛਲੀ ਵਾਰ ਤੁਸੀਂ ਕਣਕ ਦੀ ਜਿਹੜੀ ਆਪਾਂ ਨੇ ਖਰੀਦ ਕੀਤੀ ਸੀ ਬੜੀ ਵਧੀਆ ਹੋਈ ਹੈ ਤੇ ਹੁਣ ਇਹ ਜਿਹੜੇ ਚੋਨੇ ਦੀ ਦੀ ਫਸਲ ਆਣੀ ਹੋਣੀ ਹੈ ਇਹਦੇਗਾ ਗਵਰਨਮੈਂਟ ਦੇ ਬਾਰੇ ਕੀ ਕਰ ਰਿਹਾ ਗਵਰਨਮੈਂਟ ਬਿਲਕੁਲ ਪੂਰਾ ਪ੍ਰਬੰਧ ਰੱਖ ਰਹੀ ਹੈ ਜਿਸ ਤਰੀਕੇ ਨਾਲ ਕਣਕ ਦੀ ਕੀਤੀ ਹੈ ਜਿਸ ਤੋ ਨਾਲ ਦੋਸਤੋਂ ਪਹਿਲਾਂ ਪਿਛਲੇ ਤਰੀਕੇ ਨਾਲ ਪਿਛਲੇ ਸਾਲ ਅਸੀਂ ਜੋ ਚੋਨੇ ਦੀ ਖਰੀਦ ਕੀਤੀ ਅਸੀਂ ਫੇਰ ਕਰਾਂਗੇ ਇਹ ਕੋਰੋਨਾ ਤਾਂ ਚੱਲਦਾ ਰਹੂ ਲੇਕਿਨ ਲੋਕਾਂ ਨੇ ਫਸਲ ਤਾਂ ਨਹੀਂ ਆਪਾਂ ਰੋਕ ਸਕਦੇ ਜੋ ਫਸਲ ਆਉਣੀ ਹੈ ਉਹਨੇ ਤਾਂ ਮੰਡੀ ਚ ਆਉਣੀ ਹੋ ਆਉਣੀ ਹੈ ਔਰ ਉਹਦਾ ਪ੍ਰਬੰਧ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਪੂਰੀ ਰੱਖਾਂਗੇ ਲੇਕਿਨ ਇੱਕ ਇੱਕ ਯਾਦ ਰੱਖਣਾ ਹਰ ਵੇਲੇ ਆਪਾਂ ਨੂੰ ਇਹ ਔਕੜ ਆਉਂਦੀ ਹੈ ਕਿ ਤੁਸੀਂ ਜਲਦੀ ਕਟਾ ਕੇ ਲੈਣ ਹੋ ਉਹ ਨਾ ਕਰੋ ਤੁਸੀਂ ਜਦ ਪੱਕਦੀ ਆ ਉਦੋਂ ਲੈ ਕੇ ਆਓ ਨਹੀਂ ਤਾਂ ਫਿਰ ਉਹ ਪਈ ਰਹਿੰਦੀ ਆ ਮੰਡੀਆਂ ਚ ਉਹ ਐਫ ਆਈ ਐਫ ਸੀ ਆਈ ਵਾਲੇ ਖਰੀਦਦੇ ਨੇ ਖਰੀਦੇ ਨਹੀਂ ਫਿਰ ਉਹ ਗਰਮਾਇਸ਼ੀ ਹੋ ਜਾਂਦੀ ਆ ਕਾਲੀ ਹੋ ਜਾਂਦੀ ਆ ਫਿਰ ਬਿਲਕੁਲ ਨਹੀਂ ਵਿਕਦੀ ਆਪਣੀ ਸੋ ਤੁਸੀਂ ਸਮੇਂ ਸਿਰ ਲਿਆਓ ਉਸ ਨੂੰ ਔਰ ਸਮੇਂ ਸਰ ਜਨ ਮੰਡੀ ਚਾਉ ਸਾਡੀ ਤਿਆਰੀ ਪੂਰੀ ਹੈ ਜਿase ਕਣਕ ਚੱਕੀਆਂ ਐਸੀ ਇਹਨੂੰ ਚੱਕਾਂਗੇ ਅਹ ਲਖਵਿੰਦਰ ਲਾਡੀ ਜੀ ਪਟਿਆਲੇ ਤੋਂ ਪੁੱਛਦੇ ਨੇ ਮੈਨੂੰ ਕਿ ਤੁਸੀਂ ਐਸਵਾਈਐਲ ਥੋੜੀ ਮੀਟਿੰਗ ਹੋਈ ਸੀ ਚੀਫ ਮਿੰისტਰ ਹਰਿਆਣੇ ਦੇ ਨਾਲ ਮੈਨੂੰ ਸਾਨੂੰ ਦੱਸੋ ਕਿ ਕੀ ਸਟੇਟਸ ਹੈ ਇਸ ਇਸ਼ੂ ਦਾ ਇਹ ਮੀਟਿੰਗ ਜਿਹੜੀ ਹੋਈ ਸੀ ਇਹਦਾ ਕੋਈ ਫਾਲ ਫਾਲ ਨਿਕਲਿਆ ਦੇਖੋ ਇਹ ਪਹਿਲੀ ਮੀਟਿੰਗ ਸੀ ਸਾਡੀ ਸਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਜਿਹੜੇ ਚੀਫ ਮਿਨਿਸਟਰਸ ਔਰ ਮਿਨਿਸਟਰ ਆਫ ਜਿਹੜੇ ਜਲ ਸ਼ਕਤੀ ਵਾਲੇ ਨੇ ਸ਼ਿਖਾਵੱਚੀ ਅਸੀਂ ਉਹਨਾਂ ਨੂੰ ਮਿਲੀਏ ਔਰ ਸਾਡੀ ਇਹ ਗੱਲਬਾਤ ਸ਼ੁਰੂ ਕਰੀਏ ਕਿ ਇਹਦੇ ਤੇ ਜਵਾਬ ਆ ਕੀ ਐਸਓਐਲ ਦਾ ਕੋਈ ਹੱਲ ਕੱਢ ਸਕਦੇ ਆ ਦੇਖੋ ਮੈਂ ਉਹਨਾਂ ਨੂੰ ਇੱਕ ਗੱਲ ਸਾਰਿਆਂ ਨੂੰ ਆਪਾਂ ਨੂੰ ਸਮਝਣੀ ਚਾਹੀਦੀ ਹੈ ਕਿ ਦੁਨੀਆ ਦਾ ਇੱਕ ਤਰੀਕਾ ਹੁੰਦਾ ਹੈ ਇਸ ਕੰਮ ਕਰਨ ਦਾ ਇੰਟਰਨੈਸ਼ਨਲ ਵਾਟਰ ਅਗਰੀਮੈਂਟਸ ਹੋਈਆਂ ਨੇ ਬਹੁਤ ਔਰ ਉਹ ਅਗਰੀਮੈਂਟਸ ਜਦੋਂ ਇਹ ਸਮਝੌਤੇ ਹੁੰਦੇ ਨੇ ਉਹ 25 ਸਾਲ ਬਾਅਦ ਇਹਨਾਂ ਦੀ ਦੁਬਾਰਾ ਵਾਟਰ ਅਸੈਸਮੈਂਟ ਕਰਦੇ ਨੇ ਲੋਕ ਜਿਹੜੇ ਮਾਹਰ ਨੇ ਕਿ ਭਈ ਇਹ ਇਹ ਜਿਹੜੇ 25 ਅਸੀਂ ਨਵੇਂ ਨਵੇਂ ਸਾਲ ਸਾਡੇ ਲੰਘੇ ਹੁਣ ਪਾਣੀ ਵੱਧ ਗਿਆ ਜਾਂ ਘਟ ਗਿਆ ਔਰ ਫੇਰ ਜਿੰਨਾ ਸਮਝੌਤਾ ਹੋਇਆ ਦੋਨਾਂ ਦਾ ਉਤੋਂ ਫਿਰ ਉਹ ਦੇਖਿਆ ਜਾਂਦਾ ਕਿ ਇਹਨੂੰ ਇਹਨੂੰ ਜਿਆਦਾ ਅਤੇ ਨਹੀਂ ਚਾਹਦਾ ਪਾਣੀ ਆ ਕੰਪਨੀ ਦੇਣਾ ਚਾਹੁੰਦਾ ਕਿਉਂਕਿ ਕੰਮ ਹੋ ਗਿਆ ਜਾਂ ਜਿੱਦ ਤੇ ਜ਼ਿਆਦਾ ਹੋ ਗਿਆ ਉੱਥੇ ਜ਼ਿਆਦਾ ਸੋ ਇਹ ਗੱਲਾਂ ਹੁੰਦੀਆਂ ਨੇ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਇੱਕ ਕੰਮ ਕਰੋ ਪਹਿਲਾਂ ਤੁਸੀਂ ਇਸ ਗੱਲ ਤੇ ਮੰਨੋ ਕਿ ਇੱਕ ਇਰਾਦੀ ਕਮਿਸ਼ਨ ਦੀ ਰਿਪੋਰਟ ਨੂੰ 45 ਸਾਲ ਹੋ ਗਏ ਨੇ 25 ਸਾਲ ਤੋਂ ਬਹੁਤ ਅੱਗੇ ਪਹਿਲਾਂ ਇਹ ਤਾਂ ਪਤਾ ਕਰੀਏ ਸਾਡੇ ਨਦੀਆਂ ਦੇ ਵਿੱਚ ਪਾਣੀ ਕਿੰਨਾ ਹੈ ਵਿਆਸ ਵਿੱਚ ਰਾਵੀ ਵਿੱਚ ਸਤਲਜ ਵਿੱਚ ਕਿਉਂਕਿ ਇਹ ਗ੍ਰੀਨ ਹਾਊਸ ਇਫੈਕਟ ਜਿਹੜਾ ਹੈ ਔਰ ਨਾਲ ਸਾਡੇ ਜਿਹੜੇ ਗਲੇਸ਼ੀਅਰ ਨੇ ਜਿਹਦੇ ਤੋਂ ਇਹ ਪਾਣੀ ਆਉਂਦਾ ਹੈ ਉਹ ਸਾਰੇ ਪਿਘਲ ਗਏ ਨੇ। ਤੋਂ ਪਾਣੀ ਘਟ ਨਹੀਂ ਘਟਣਾ। ਤੋਂ ਜਾ ਤਾਂ ਇਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਨਦੀਆਂ ਦੇ ਵਿੱਚ ਕੀ ਹੈ ਕੀ ਵੰਡ ਤੁਸੀਂ ਕਰੋਗੇ ਕੀ ਵੰਡ ਦੀ ਗੱਲ ਵੀ ਨਹੀਂ ਕਰ ਤੁਸੀਂ ਕਰ ਸਕਦੇ ਉਹਦੇ ਵਿੱਚ। ਔਰ ਇਸ ਤੋਂ ਇਲਾਵਾ ਇਹ ਵੀ ਦੇਖੋ ਕਿ ਪੰਜਾਬ ਜਿਹਨੇ 60 ਸਾਲ ਤੋਂ ਦੇਸ਼ ਨੂੰ ਅੰਨ ਖਵਾਇਆ ਹੈ। ਉਹਦਾ ਧਰਤੀ ਦਾ ਪਾਣੀ ਕਿੱਥੇ ਜਾ ਰਿਹਾ? ਸਾਡੇ 147 ਬਲਾਕਾਂ ਦੇ ਵਿੱਚੋਂ ਸਿਰਫ 109 ਬਲਾਕਾਂ ਤੁਸੀਂ ਟਿਊਬਵੈਲ ਵੀ ਨਹੀਂ ਨਵੇਂ ਲਾ ਸਕਦੇ। ਕਿਉਂਕਿ ਪਾਣੀ ਬਹੁਤ ਥੱਲੇ ਚਲੇਗਾ। ਤਾਂ ਫਿਰ ਅਗਰ ਥੱਲੇ ਦਾ ਪਾਣੀ ਨਹੀਂ ਹੋਊਗਾ ਨਦੀਆਂ ਦੇ ਵਿੱਚ ਅਸੀਂ ਸਹੀ ਨਹੀਂ ਉੱਥੇ ਗੱਲ ਕਰਾਂਗੇ ਤਾਂ ਫਿਰ ਕੀ ਰਹਿ ਜਾਊਗਾ ਪੰਜਾਬ ਦੇ ਵਿੱਚ ਤਾਂ ਹੀ ਮੈਨੂੰ ਇਹ ਗੱਲ ਕਰਨੀ ਪਈ ਸ਼ਿਕਾਵਤੀ ਨੂੰ ਔਰ ਖੱਟਰ ਸਾਹਿਬ ਨੂੰ ਵੀ ਕਿ ਤੁਸੀਂ ਇਹ ਗੱਲਾਂ ਪਹਿਲਾਂ ਸਾਡੇ ਨਾਲ ਮੰਨੋ ਕਿ ਪਹਿਲਾਂ ਪਾਣੀ ਦਾ ਤਾਂ ਪਤਾ ਕਰੀਏ ਹੈ ਕੀ ਪਾਣੀ ਕਿੰਨੇ ਔਰ ਥੋੜਾ ਕਿੰਨਾ ਹੈ ਜਿਵੇਂ ਹਰਿਆਣੇ 'ਚ ਹਰਿਆਣੇ ਕੋਲ 80 ਲੱਖ ਕਿੱਲੇ ਜ਼ਮੀਨ ਹੈ ਕਾਸਕਾਰੀ ਦੀ ਔਰ ਆਪਣੇ ਕੋਲ 105 ਲੱਖ ਕਿੱਲੇ ਜ਼ਮੀਨ ਹੈ ਪੰਜਾਬ ਦੀ ਉਹਨਾਂ ਦਾ ਪਾਣੀ ਸਾਡੇ ਨਾਲੋਂ ਜ਼ਿਆਦਾ ਇਹਦੇ ਚ ਕੀ ਇਨਸਾਫੀ ਹੈ ਹੁਣ ਜਿਹੜੀ ਸ਼ਾਦਾ ਲਿੰਕ ਕਨਾਲ ਬਣ ਰਹੀ ਹੈ ਯੂਪੀ ਦੇ ਵਿੱਚ ਉਥੇ ਚ 1km ਪਾਣੀ ਹੋਰ ਦੇ ਰਹੇ ਨੇ ਹਰਿਆਣੇ ਨੂੰ ਤਾਂ ਪਹਿਲਾਂ ਹੀ ਸਾਥੋਂ ਜ਼ਿਆਦਾ ਨੇ ਔਰ ਇਸ ਤੋਂ ਜ਼ਿਆਦਾ ਉਹਨਾਂ ਦਾ ਵਧਾਈ ਜਾ ਰਿਹਾ ਔਰ ਸਾਡਾ ਉੱਥੇ ਖੜਾ ਹੈ ਔਰ ਸਮਾਂ ਸਾਡਾ ਪਾਣੀ ਖਿੱਚ ਕੇ ਤੁਸੀਂ ਕਿਤੇ ਹੋਰ ਲੈ ਕੇ ਜਾ ਰਹੇ ਹੋ ਇਹ ਇਨਸਾਫ ਨਹੀਂ ਹੁੰਦਾ ਤਾਂ ਉੱਥੇ ਤਾਂ ਇਹ ਗੱਲ ਪਹੁੰਚੀ ਹੈ ਔਰ ਹੁਣ ਅਸੀਂ ਮੈਂ ਖੱਟਰ ਸਾਹਿਬ ਨਾਲ ਵੀ ਮਿਲੂੰਗਾ ਓਰੇ ਪਹਿਲਾਂ ਕੋਵਿਡ ਦਾ ਖਤਮ ਹੋ ਜਾਏ ਕਿ ਕੋਈ ਜਿੰਦ ਦੇ ਨੋ ਕੋਵਿਡ ਦੀ ਮੀਟਿੰਗ ਹੋਈ ਹੈ ਉਦਿਨੀ ਅਗਲੇ ਦਿਨ ਮੈਂ ਤਾਂ ਵੀਡੀਓ ਤੇ ਕੀਤੀ ਸੀ ਲੇਕਿਨ ਸਾਡੇ ਜਲ ਸ਼ਕਤੀ ਵਾਲੇ ਮਨਿਸਟਰ ਸਾਹਿਬ ਨੂੰ ਸ਼ਿਕਾਇਤ ਸਾਹਿਬ ਨੂੰ ਇੱਕ ਕੋਵਿਡ ਕਰੋਨਾ ਹੋ ਗਿਆ ਉਹ ਤਾਂ ਹਸਪਤਾਲ ਚਲੇ ਗਏ ਨੇ ਲੇਕਿਨ ਹਰਿਆਣਾ ਦੇ ਚੀਫ ਮਨਿਸਟਰ ਨੂੰ ਮੈਂ ਮਿਲੂੰਗਾ ਔਰ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ ਦੇਖਾਂਗੇ ਕਿ ਸਾਡੀ ਗੱਲ ਮੰਨਦੇ ਨੇ ਜਾਂ ਨਹੀਂ ਇਹ ਹੈ ਸਾਡਾ ਪਾਣੀ ਦਾ ਮਸਲਾ ਹੁਣ ਦਵਿੰਦਰਜੀਤ ਸਿੰਘ ਲਾਲੀਮਨ ਪੱਟੀ ਤੋਂ ਕਹਿੰਦੇ ਨੇ ਕਿ ਕਈ ਆਪੋਜੀਸ਼ਨ ਪਾਰਟੀਆਂ ਬਗੈਰ ਮਾਸਕ ਪਾਈ ਆਪਣੇ ਧਰਨੇ ਤੋਨੇ ਕਰ ਰਹੇ ਨੇ ਔਰ ਇਹਦਾ ਕੋਵਿਡ ਇਹਦਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਬੰਦੇ ਇਸ ਬਿਮਾਰੀ ਨੂੰ ਅੱਗੇ ਫਲਾਉਣਗੇ ਜਰੂਰ ਫਲਾਉਣਗੇ ਔਰ ਮੈਂ ਇਹਨਾਂ ਨੂੰ ਕਹਾਂ ਵੀ ਇਹ ਨਾ ਕਰੋ ਔਰ ਮੈਂ ਇਹ ਵੀ ਕਹਾਂ 146 ਮੈਂ ਲਾ ਦਿੱਤੀ ਹੈ ਅਗਰ ਚਤਾਲੀ ਵਾਇਲੇਸ਼ਨ ਹੋਗਾ ਮੈਂ ਸਾਰੇ 200 ਬੰਦੇ ਜਿਹੜੇ ਬੈਠੇ ਨੇ ਉਹਨਾਂ ਨੂੰ ਨਹੀਂ ਫੜਨਾ ਜਿਹੜੇ ਬੰਦੇ ਇਹਦਾ ਪ੍ਰਬੰਧ ਕਰਦੇ ਨੇ ਉਹਨਾਂ ਨੂੰ ਮੈਂ ਫੜੂੰਗਾ ਦੇ ਵਿਲ ਬੀ ਕਾਟ ਅੰਡਰ 144 ਔਰ ਕਿਉਂਕਿ ਉਹਨਾਂ ਨੇ ਗਲਤ ਲੋਗਾ ਨੂੰ ਉਥੇ ਬੁਲਾ ਕੇ ਤੁਸੀਂ ਇਹਨਾਂ ਨੂੰ ਗਲਤ ਰਸਤੇ ਤੇ ਪਾਇਆ ਔਰ ਤੁਸੀਂ ਹੋ ਦੋਸ਼ੀ ਅਗਰ ਮੈਂ ਮੈਂ ਆਪਣੇ ਪਾਰਟੀ ਨੂੰ ਕਹਿ ਰਿਹਾ ਤਾਂ ਕੋਈ ਮੀਟਿੰਗਾਂ ਨਹੀਂ ਹੋਣਗੀਆਂ ਸਾਡੇ ਕੁਝ ਨਹੀਂ ਹੋਏਗਾ ਜਦ ਤਾਈਂ ਇਹ ਕੋਵਿਡ ਦਾ ਕਮ ਮੁਕਦਮਾ ਔਰ ਮੈਂ ਹੁਣ ਬਾਕੀਆਂ ਨੂੰ ਵੀ ਕਹਿਣਾ ਚਾਹੁੰਦਾ ਹੈ ਚਾਹੇ ਅਕਾਲੀ ਦਲ ਹੈ ਚਾਹੇ ਆਪ ਹੈ ਚਾਹੇ ਕੋਈ ਹੋਰ ਨਹੀਂ ਆ लुधियाने वाले लड़के ने दोनों या दूसरे ने अपने आ, किसान यूनियन वाले ए मेहरबानी करके इस काम ਨੂੰ ਛੱਡੋ ਨਹੀਂ ਤਾਂ ਤੁਸੀਂ ਹੋਰ ਵਿਗਾੜ ਪਾ ਦੇ ਗੋ ਕੱਲ ਮੈਂ ਦੇਖ ਰਿਹਾ ਸੀ ਲੁਧਿਆਣੇ ਵਾਲੇ ਐਮ ਐਲ ਏ ਨੂੰ ਉੱਥੇ ਬੋਲਦੇ ਨੂੰ ਸਾਰਿਆਂ ਦੇ ਸਾਹਮਣੇ ਖੜ ਕੇ ਬੋਲ ਰਿਹਾ ਸੀ ਕੋਈ 마સ્ક ਨਹੀਂ ਉਹਦੇ ਚਿਹਰੇ ਤੇ ਆਲੇ-ਦਾਲੇ ਲੋਗ ਉਹਦੇ ਕੰਮਰੇ ਨੇ ਤੁਹਾਡਾ خیال ਅਗਰ ਤੁਹਾਨੂੰ ਹੋ ਗਈ ਬਿਮਾਰੀ ਤੁਸੀਂ ਅੱਗੇ ਨਹੀਂ ਫਲਾਓਗੇ ਇਸ ਨੂੰ ਇਹ ਗੱਲਾਂ ਤੁਹਾਨੂੰ ਸੋਚਣੀਆਂ ਚਾਹੀਦੀਆਂ ਨੇ ਪਰ ਮੈਨੂੰ ਸਮਝ ਨਹੀਂ ਆਉਂਦੀ ਅਗਰ ਸਮਝਦਾਰ ਲੋਗ ਇਹ ਕਰਨ ਲੱਗ ਜਾਣਗੇ ਫਿਰ ਕਿਵੇਂ ਕੰਟਰੋਲ ਕਰਾਂਗੇ ਆਪਾਂ ਇਸ ਕਰਕੇ 146 ਲਗੂ ਔਰ ਜਿਹੜੇ ਬੰਦੇ ਕਰਨਗੇ ਉਹਨਾਂ ਨੂੰ ਆਈ ਵਿਲ ਨਾਟ ਸਪੇਅਰ ਦ ਮੈਂ ਨਹੀਂ ਸਪੇਅਰ ਕਰਾਂਗਾ ਇਹ ਹਰਮਨਪ੍ਰੀਤ ਲੁਧਿਆਣੇ ਤੋਂ ਪੁੱਛਦੇ ਨੇ ਕਿ ਸਾਨੂੰ ਖਬਰਾਂ ਆ ਰਹੀਆਂ ਨੇ ਪਿੰਡ ਦੇ ਵਿੱਚ ਸਾਡੀ ਚਰਚਾ ਜਿਹੜੀ ਖੁੰਡ ਚਰਚਾ ਕਹਿੰਦੇ ਹੋ ਤੁਸੀਂ ਕਿ ਇਹ ਜਿਹੜੀ ਕੋਵਿਡ 19 ਦੀ ਕੈਜੁਐਲਟੀ ਹੈ ਉਹ ਪੰਜਾਬ ਗਵਰਨਮੈਂਟ ਨੂੰ ਦਿੱਨੇ ਲੱਕ ਦੇ ਨੀਆ ਸੈਂਟਰਲ ਗਵਰਨਮੈਂਟ ਜਿਹੜੀ ਅੱਗੇ ਡਬਲਯੂਚੇ ਤੋਂ ਲੈਂਦੀ ਹੈ ਤਾਂ ਇਹ ਤਾਂ ਬਿਲਕੁਲ ਝੂਠੀ ਗੱਲ ਹੈ ਕੋਈ ਇਹੋ ਜੀ ਗੱਲ ਨਹੀਂ ਹੋ ਰਹੀ ਪਤਾ ਨਹੀਂ ਕੌਣ ਫਲਾਉਂਦੇ ਨੇ ਇਹੋ ਜੀ ਗੱਲ ਨੂੰ ਕੋਈ ਪੈਸਾ ਪੰਜਾਬ ਗਰਮ ਤੋਂ ਨਹੀਂ ਮਿਲ ਰਿਹਾ ਮੈਂ ਬਾਰ-ਬਾਰ ਪ੍ਰਾਈਮ ਮਿੰਿਸਟਰ ਨੂੰ ਲਿਖਦਾ ਹਾਂ ਔਰ ਉਥੇ ਕਹਿੰਦਾ ਹੈ ਫਾਈਨੈਂਸ ਮਿੰਿਸਟਰ ਨੂੰ ਕਿ ਸਾਡੇ ਕੋਲ ਪੈਸੇ ਨਹੀਂ ਸਾਨੂੰ ਚਾਹੀਦੇ 400 ਕਰੋੜ ਤੋਂ ਉੱਪਰ ਸਾਡਾ ਖਰਚਾ ਹੋ ਗਿਆ ਇਸ ਵੇਲੇ ਕੋਵਿਡ ਦਾ ਇਹ ਪਤਾ ਨਹੀਂ ਕਦੋਂ ਤੱਕ ਬਿਮਾਰੀ ਚੱਲਨੀ ਹੈ ਹੋਰ ਚਾਹੀਦੀ ਕੋਈ ਸਾਨੂੰ ਪੈਸਾ ਨਹੀਂ ਮਿਲ ਰਿਹਾ 1 ਰੁਪਿਆ ਨਹੀਂ ਸਾਨੂੰ ਮਿਲਿਆ ਔਰ ਮੈਂ ਇਹ ਇਹ ਪਤਾ ਨਹੀਂ ਕੌਣ ਇਸ ਗੱਲ ਨੂੰ ਬਣਾਉਣਾ ਇਹ ਗਲਤ ਬਾਤ ਹੈ ਲੇਕਿਨ ਅਸੀਂ ਪ੍ਰਾਈਮ Minister ਨੂੰ ਦੁਬਾਰਾ ਮੈਂ ਲਿਖੂਗਾ ਕਿ ਸਾਨੂੰ ਕੋਈ ਨਾ ਕੋਈ ਫੰਡਿੰਗ ਜ਼ਰੂਰ ਉਹਨਾਂ ਨੂੰ ਸਾਡੀ ਮਦਦ ਕਰਨੀ ਪਵੇਗਾ ਅ ਕਰਮ ਕਰਮ ਗਿਲ ਜੀ ਅੰਮ੍ਰਿਤਸਰ ਤੋਂ ਤੁਸੀਂ ਪੁੱਛਦੇ ਹੋ ਕਿ ਪਿਛਲੀ ਵਾਰ ਸਾਡੇ ਸਮੇਂ ਜਦੋਂ ਪਿਛਲੀ ਸਰਕਾਰ ਸੀ ਸਾਡੀ 2002 ਤੋਂ 7 ਤੱਕ ਅ ਅੰਮ੍ਰਿਤਸਰ ਦੇ ਵਿੱਚ ਉਹ ਸਬਜ਼ੀ ਵਾਲੇ ਜਾਣ ਵਾਸਤੇ ਉਹ ਮਸ਼ੀਨਾਂ ਵਗੈਰਾ ਲਗਾਏ ਸੀ ਕੂਲਿੰਗ ਮਸ਼ੀਨ ਉਹ ਸਾਰਾ ਕੁਝ ਉੱਥੇ 에어ਪੋਰਟ ਦੇ ਵਿੱਚ ਹੁੰਦਾ ਸੀ ਫਿਰ ਅਸੀਂ ਚਲੇ ਗਏ ਆਕਾਲੀਆ ਨੇ ਬੰਦ ਕਰਾਤਾ ਹੁਣ ਅਸੀਂ ਉਹਨਾਂ ਨਾਲ ਗਵਰਨਮੈਂਟ ਆਫ ਇੰਡੀਆ ਦੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਹੁਣ ਸਾਥੋਂ ਇਹ ਸਾਰਾ ਪ੍ਰਬੰਧ ਲੈ ਲੇਤਾ ਹੈ ਔਰ ਉਹਦੇ ਵਿੱਚ ਕੋਈ ਵੀ ਜਿਹੜਾ ਬਾਹਰ ਭੇਜਣਾ ਔਰ ਕਈ ਪ੍ਰਾਈਵੇਟ ਲੋਗ ਨੇ ਜੋ ਬਾਹਰ ਭੇਜਣਾ ਚਾਹੁੰਦੇ ਨੇ ਬੇਬੀ ਕੌਨ ਹੋਏ ਜਾਂ ਬੇਬੀ ਖੀਕਮਬਰ ਹੋਏ ਜਾਂ ਕੋਈ ਜੀ ਕਈ ਚੀਜ਼ਾਂ ਸਟਰਾਬਰੀ ਹੋਏ ਮਸ਼ਰੂਮ ਜਮਨ ਕਈ ਚੀਜ਼ਾਂ ਹੋਣ ਉਹ ਆਪ ਗਵਰਨਮੈਂਟ ਔਰ 에어ਪੋਰਟ ਅਥਾਰਟੀ ਉਹਦਾ ਪ੍ਰਬੰਧ ਕਰੇਗੀ ਉਥੋਂ ਦੀ ਕੱਢਣ ਦੀ ਔਰ ਉਹਨਾਂ ਦੀ ਸੀਲਿੰਗ ਦੀ ਔਰ ਕੂਲਿੰਗ ਦੀ ਵਗੈਰਾ ਅੱਗੇ ਭੇਜਣ ਵਾਸਤੇ ਅ ਤੋ ਇਹ ਤਾਂ ਅੰਮ੍ਰਿਤਸਰ ਦਾ ਹੋਇਆ ਲੇਕਿਨ ਆ ਪ੍ਰਬੰਧ ਵੀ ਅਸੀਂ ਇੱਥੇ ਹੁਣ ਚੰਡੀਗੜ੍ਹ ਵਿੱਚ ਵੀ ਸ਼ੁਰੂ ਕਰ ਰਹੇ ਹਾਂ ਇਸ ਦਸੰਬਰ ਤੋਂ ਚਾਲੂ ਹੋ ਜਾਊਗਾ ਉਧਰਲਾ ਪਾਸਾ ਉਥੇ ਅੰਮ੍ਰਿਤਸਰ ਜਾ ਸਕਦੇ ਔਰ ਇਧਰਲਾ ਪਾਸਾ ਇੱਥੇ ਚੰਡੀਗੜ੍ਹ ਤੋਂ ਬਾਹਰ ਤੁਸੀਂ ਭੇਜ ਸਕਦੇ ਆ ਗਗਨ ਗਗਨ ਫ੍ਰੀਟਸ ਇਨ ਕੰਗ ਡਾਂਡੇ ਤੋਂ ਕਹਿੰਦੇ ਨੇ ਕਿ ਪੰਜਾਬ ਗਵਰਨਮੈਂਟ ਕੀ ਕਰਨਾ ਚਾਹੁੰਦੀ ਹੈ ਕਿ ਇਹ ਜਿਹੜਾ ਐਗਰੀਕਲਚਰ ਆਰਡੀਨੈਂਸ ਇੰਟਰੋਡਿਊਸ ਕੀਤਾ ਹੈ ਮੋਦੀ ਗਵਰਨਮੈਂਟ ਨੇ ਇਹਦੇ ਬਾਰੇ ਇਹ ਤਾਂ ਅਸੀਂ ਪਹਿਨਾ کہہ ਚੁੱਕਿਆ ਅਸੀਂ ਇਸ ਨੂੰ ਗੱਲ ਨੂੰ ਨਹੀਂ ਮੰਨਦੇ ਇਹ ਕੋਈ ਨਹੀਂ ਮੰਨਦਾ ਨਾ ਅਸੀਂ ਮੰਨੀਏ ਐਜ਼ ਅ ਪਾਰਟੀ ਨਾ ਕੋਈ ਪਾਰਟੀ ਪੰਜਾਬ ਦੀ ਮੰਨੇ ਨਾ ਕੋਈ ਇੱਥੇ ਕੋਈ ਕਿਸਾਨ ਯੂਨੀਅਨ ਮੰਨਣ ਨਾ ਕੋਈ ਆਮ ਜ਼ਿਮੀਂਦਾਰ ਜਿਹੜਾ ਤੁਸੀਂ ਕਿਸੇ ਨੂੰ ਪੁੱਛ ਲੋਗੇ ਜੀ ਪਿੰਡ ਦੇ ਵਿੱਚ ਬੈਠਾ ਹੋਏ ਉਹ ਨਹੀਂ ਮੰਨਦਾ ਕਿਉਂਕਿ ਇਹਦੇ ਵਿੱਚ ਬੜੀ ਸਿੱਧੀ ਗੱਲ ਹੈ ਜਦੋਂ ਇਹ ਆਰਡੀਨੈਂਸ ਬਣਦਾ ਹੈ ਆਰਡੀਨੈਂਸ ਦਾ ਮਤਲਬ ਕੀ ਹੈ ਤੁਸੀਂ ਕਾਨੂੰਨ ਲਾਗੂ ਕਰਦੇ ਹੋ ਬਗੈਰ ਪਾਰਲੀਮੈਂਟ ਤੇ ਜਾਏ ਇੱਕ ਵਾਰ ਫਿਰ ਆਰਡੀਨੈਂਸ ਨੂੰ ਪਾਰਲੀਮੈਂਟ ਤੇ ਲਿਜਾਣਾ ਪਊ ਔਰ ਉਹ ਫਿਰ ਕਾਨੂੰਨ ਬਣ ਜਾਂਦਾ ਹੈ ਤੋ ਤੁਹਾਡਾ ਕਾਨੂੰਨ ਉਹ ਦਿਨ ਤੋਂ ਬਣ ਗਿਆ ਜਿਸ ਦਿਨ ਤੋਂ ਤੁਹਾਡਾ ਆਰਡੀਨੈਂਸ ਪਾਸ ਹੋ ਗਿਆ ਆਰਡੀਨੈਂਸ ਫਿਰ ਲਾ ਕਾਨੂੰਨ ਔਰ ਪਾਰਲੀਮੈਂਟ ਤੇ ਰਾਈਂ ਔਰ ਫਿਰ ਲਾ ਔਰ ਉਹਦੇ ਵਿੱਚ ਜਿਹੜਾ ਤੁਸੀਂ ਇਹ ਕਰ ਰਹੇ ਹੋ ਇਹਦੇ ਨਾਲ ਤੁਸੀਂ ਐਫਸੀਆਈ ਬੰਦ ਕਰਨਾ ਚਾਹੁੰਦੇ ਨੇ ਔਰ ਸਾਡੀ ਐਮਐਸਪੀ ਬੰਦ ਕਰਨਾ ਚਾਹੁੰਦੇ ਨੇ ਹੁਣ ਤੁਸੀਂ ਮੈਨੂੰ ਦੱਸੋ ਅਗਰ ਆਪਣੀ ਐਮਐਸਪੀ ਬੰਦ ਹੋ ਜੇ ਔਰ ਆਪਣੀ ਤਦ ਤੁਸੀਂ ਜਦ ਜਿੰਸ ਲੈ ਕੇ ਆਓਗੇ ਆਪਣੇ ਮੰਡੀਆਂਦ ਕਿੱਥੋਂ ਵੇਚੋਗੇ ਕਿੰਨੀ ਵੇਚੋਗੇ ਪਿੱਛੇ ਦੇ ਕੋਈ ਹੁਸ਼ਿਆਰਪੁਰ ਦੇ ਵਿੱਚ ਜਿਹੜੀ 1700 ਰੁਪਏ ਐ ਐਮਐਸਪੀ ਦੱਸੀ ਗਈ ਹੈ ਗਵਰਨਮੈਂਟ ਗਵਰਨਮੈਂਟ ਆਫ ਇੰਡੀਆ ਐਮਐਸਪੀ ਕਈ ਚੀਜ਼ਾਂ ਦੀ ਦੱਸਦੀ ਹੈ Hindi ਹੈ ਲੇਕਿਨ ਚੱਕਰੀ ਉਹੀ ਹੈ ਜੈਸੇ ਚੋਨਾ ਜਾਂ ਕਣਕ ਜਾਂ ਕਾਟਨ ਕਾਰਪੋਰੇਸ਼ਨ ਕਾਟਨ ਰੂਟ ਸਪੋਰਟ ਥੋੜੀ ਕਰਦੀ ਹੈ ਹੋਰ ਹੋਰ ਬਾਕੀ ਸਪੋਰਟ ਨਹੀਂ ਕਰਦੀ। ਔਰ ਉਹ ਦਿਨ ਇਹਨਾਂ ਨੇ 1700 ਰੁਪਏ ਮੱਕੀ ਲਕਿਆ ਔਰ ਹੁਸ਼ਿਆਰਪੁਰ ਮੰਡੀ ਦੇ ਵਿੱਚ 600 ਰੁਪਏ ਤੇ ਗਈ। ਇਹ ਹੋਗਾ ਸਾਡੇ ਉੱਥੇ ਅਗਰ ਅਸੀਂ ਇਸ ਨੂੰ ਮੰਨ ਲઈએ। ਔਰ ਇਹ ਸ਼ਾਤਾ ਕੁਮਾਰ ਕਮੇਟੀ ਰਿਪੋਰਟ ਸੀ ਇੱਕ ਸ਼ਾਤਾ ਕੁਮਾਰ ਸੇ ਚੀਫ ਮਿਨਿਸਟਰ ਹਿਮਾਚਲ ਦੇ ਪਹਿਲਾ ਦੇ। ਉਹਨਾਂ ਨੇ ਰਿਪੋਰਟ ਦਿੱਤਾ ਸੀ ਕਿ ਐਫਸੀਆਈ ਬੰਦ ਕਰੋ ਔਰ ਐਮਐਸਪੀ ਬੰਦ ਕਰੋ ਔਰ ਉਸ ਨੂੰ ਹੀ ਅੱਜ ਇਹ ਲਾਗੂ ਕਰਨ ਲੱਗੀ ਹੈ ਸਰਕਾਰ। ਅਸੀਂ ਬਿਲਕੁਲ ਬਰਖਲਾਫ ਹੈ ਇਹਦੇ ਔਰ ਅਸੀਂ ਬਿਲਕੁਲ ਇਸ ਨੂੰ ਨਹੀਂ ਮੰਨਾਂਗੇ ਆ ਮੈਂ ਤਾਂ ਦਵਿੰਦਰ ਸਿੰਘ ਸਰ ਸਰਾਂ ਨੇ ਲੁਧਿਆਣਾ ਦੇ ਮੈਂ ਤਾਂ ਬੇਟਾ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਸ ਕਿ ਜਦੋਂ ਤੁਸੀਂ 9ਵੀਂ 10ਵੀਂ 11ਵੀਂ ਤੁਸੀਂ ਉਹ ਥੋੜਾ ਇੱਕ ਸਬਜੈਕਟ ਹੋਣਾ ਚਾਹੀਦਾ ਹੈ ਤੁਹਾਡਾ ਡੇਰਿੰਗ ਔਰ ਅਗਰੀਕਲਚਰ ਦਾ ਉਹ ਸਾਡਾ ਖੂਨ ਦੇ ਵਿੱਚ ਹੈ ਔਰ ਸਾਡੀ ਪਹਿਲੀ ਫਸਲ ਸਾਡੀ ਪਹਿਲੀ ਆਮਦਨ ਸਾਡੀ ਫਸਲ ਤੋਂ ਉਨੀ ਦੂਜੀ ਆਉਂਦੀ ਹੈ ਸਾਡੇ ਦੁੱਧ ਤੋਂ ਤਾਂ ਇਹ ਦੋਨੋਂ ਚੀਜ਼ਾਂ ਅਗਰ ਆਪਣੇ ਬੱਚਿਆਂ ਨੂੰ ਆਪਾਂ ਸਿਖਾ ਸਕੀਏ ਐ ਤਾਂ ਤੁਸੀਂ ਕਿਉਂ ਆ ਸਾਰੇ ਪਿੰਡਾਂ ਤੇ ਨਹੀਂ ਉੱਤੇ ਜਾਣੇ ਹੋ ਆਪਣੇ ਡੇਲੀ ਦੇਖਦੇ ਹੋ ਕੀ ਕੁਝ ਹੋ ਰਿਹਾ ਲੇਕਿਨ ਸਾਇੰਟਿਫਿਕ ਤੌਰ ਤੇ ਅਗਰ ਥੋੜੀ ਬਹੁਤੀ ਸਿਖਾਇਆ ਜਾਏ ਚੰਗੀ ਗੱਲ ਹੈ ਲੇਕਿਨ ਇਹ ਹੁਣ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਗਵਰਨਮੈਂਟ ਆਫ ਇੰਡੀਆ ਨੇ ਹੁਣ ਐਲਾਨ ਕੀਤਾ ਉਹਦਾ ਜਿਆਦਾ ਜੂ ਉਹਨੂੰ ਅਸੀਂ ਚੰਗੀ ਤਰ੍ਹਾਂ ਦੇਖਾਂਗੇ ਔਰ ਉਹਦੇ ਵਿੱਚ ਅਗਰ ਕੋਈ ਗੁੰਜਾਇਸ਼ ਹੈ ਮੈਂ ਲਿਖੂੰਗਾ ਸੈਂਟਰ ਗਵਰਨਮੈਂਟ ਨੂੰ ਕਿ ਇਹ ਸਾਡੀ ਪੰਜਾਬ ਦੀ ਇੱਕ ਰਿਕੁਐਸਟ ਹੈ ਕਿ ਇਹ ਜਿਹੜੇ ਦੋਨੋਂ ਸਬਜੈਕਟ ਨੇ ਇਹਨਾਂ ਨੂੰ ਸ਼ਾਇਦ 10 ਕਿਉਂਕਿ ਤੁਹਾਡੇ ਵਾਸਤੇ 10ਵੀਂ ਬੜੀ ਜ਼ਰੂਰੀ ਹੁੰਦਾ ਹੈ ਇੱਕ ਐਗਜ਼ਾਮ ਤਾਂ ਸ਼ਾਇਦ 10 ਚਨਾ ਪਰ ਲੇਕਿਨ 11ਵੀਂ ਤੱਕ ਕਰ ਸਕਦੇ ਆ 11ਵੀਂ ਔਰ 12ਵੀਂ ਚ ਕਿਉਂਕਿ ਅਗਰ 10 ਨੋਚ ਕੀਤੇ ਤੇ ਫਿਰ ਤੁਹਾਡਾ 10ਮਾ ਐਗਜ਼ਾਮ ਹੋ ਗਿਆ ਔਰ ਤੁਹਾਡੇ ਕੋਈ ਬੈਕਗ੍ਰਾਉਂਡ ਨਹੀਂ ਉਹਨੇ ਕੋਈ ਇਨਫੋਰਮੇਸ਼ਨ ਨਹੀਂ ਹੈ ਫਿਰ ਪ੍ਰੋਬਲਮ ਆ ਸਕਦੀ ਹੈ ਬੱਚਿਆਂ ਨੂੰ ਇਸ ਕਰਕੇ ਮੈਂ ਸਮਝਦਾ 11ਵੀਂ 11ਵੀਂ ਇੱਕ ਅਜਾ ਸਾਲ ਹੁੰਦਾ ਆਪਾਂ ਸਾਰਿਆਂ ਨੇ ਕੀਤੀ ਹੈ ਕਿ ਉਹਦੇ ਵਿੱਚ ਆਪਾਂ ਇਸ ਦੇ ਵਿੱਚ ਕਰਕੇ 12 12ਵੀਂ ਵਿੱਚ ਅਸੀਂ ਇਸ ਨੂੰ ਇੱਕ ਐਜ਼ਨ ਆਪਸ਼ਨ ਸਬਜੈਕਟ ਲੈ ਕੇ ਕਰ ਸਕਦੇ ਹਾਂ ਤੋ ਆਈ ਥਿੰਕ ਇਹ ਥੋੜਾ ਸਜੈਸ਼ਨ ਬੜਾ ਅੱਛਾ ਹੈ ਤੋ ਮੈਂ ਜ਼ਰੂਰ ਉਹਨਾਂ ਨੂੰ ਜਦੋਂ ਸਾਡੇ ਕੋਲ ਆਜੂਗੀ ਰਿਪੋਰਟ ਗਵਰਨਮੈਂਟ ਆਂਡਿਆ ਦੀ ਨਵੀਂ ਐਜੂਕੇਸ਼ਨ ਪਾਲਿਸੀ ਦੀ ਉਹਦੇ ਵਿੱਚ ਇਹਨੂੰ ਪਾਉਣ ਦੀ ਕੋਸ਼ਿਸ਼ ਕਰਾਂਗੇ ਸੀ ਅ ਦਰਸ਼ਨ ਗਰੇਵਾਲ ਜੀ ਰੋਪੜ ਤੋਂ ਤੁਸੀਂ ਪੁੱਛ ਰਹੇ ਹੋ ਕਿ ਚਿਹੜੀ ਪਿੰਡ ਵੱਡੇ ਹੋ ਰਹੇ ਨੇ ਤੇ ਲਾਲ ਡੋਰੇ ਨੂੰ ਆਪਾਂ ਨੂੰ ਵਧਾਉਣਾ ਚਾਹੀਦਾ ਆ ਕਾਕੇ ਤੁਹਾਨੂੰ ਪਾਣੀ ਤੇ ਬਿਜਲੀ ਦਾ ਕਨੈਕਸ਼ਨ ਮਿਲ ਸਕੇ ਬਿਜਲੀ ਦਾ ਕਨੈਕਸ਼ਨ ਤਾਂ ਤੁਹਾਨੂੰ ਪਹਿਲਾਂ ਹੀ ਮਿਲ ਰਿਹਾ ਕੋਈ ਵੀ ਕੋਈ ਬਾਹਰਲੇ ਪਾਸੇ ਕਿਸ ਨੇ ਕੋਈ ਆਪਣਾ ਕੋਠਾ ਪਾਇਆ ਹੋਇਆ ਕੋਈ ਕੋਠੋ ਤੇ ਬਿਜਲੀ ਜਾਂ ਟਿਊਬੇ ਲੱਗੀ ਹੋਈ ਤੁਹਾਨੂੰ ਮਿਲ ਰਿਹਾ ਔਰ ਪਾਣੀ ਦਾ ਪਾਣੀ ਦਾ ਤਾਂ ਤੁਹਾਡੇ ਉੱਥੇ ਟਿਊਬਵੈੱਲ ਲੱਗੇ ਨੇ ਤੁਸੀਂ ਉੱਥੋਂ ਪਾਣੀ ਪਿਓ ਲਾਲ ਡੋਰਾ ਵੈਸੇ ਇਹ ਤਾਂ ਸਿਰਫ ਪਿੰਡ ਦੀ ਹੱਦ ਹੁੰਦੀ ਹੈ ਉਹ ਤੁਸੀਂ ਚਾਹੇ ਅੰਦਰ ਹੋ ਜਾਂ ਬਾਹਰ ਹੋ ਕੋਈ ਫਰਕ ਨਹੀਂ ਪੈਂਦਾ ਤੁਸੀਂ ਉੱਥੇ ਵੀ ਬਿਜਲੀ ਲੈ ਸਕਦੇ ਹੋ ਇੱਧਰ ਵੀ ਬਿਜਲੀ ਲੈ ਸਕਦੇ ਹੋ ਤਾਂ ਇਹ ਕੋਈ ਅਹਿੰਜੀ ਗੱਲ ਨਹੀਂ ਹੈ ਕੋਈ ਤੁਹਾਨੂੰ ਆਪ ਕੋਈ ਔਕੜਾਇਆ ਤਾਂ ਤੁਸੀਂ ਮੈਨੂੰ ਦੱਸਣਾ ਅਸੀਂ ਦੇਖਾਂਗੇ ਤੁਹਾਡੀ ਮਦਦ ਕੀ ਹੋ ਸਕਦੀ ਹੈ ਪਰਮ ਤਾਰ ਨੇ ਇਹਦੇ ਵਿੱਚ ਕੋਈ ਐਸਆਈ ਇਹ ਤਸਵੀਰ ਵੀਡੀਓ ਖਿੱਚੀ ਹੈ ਜਿਹੜਾ ਉਹ ਚਿੱਟਾ ਖਾ ਰਿਹਾ ਇਕਦਮ ਇਹ ਮੈਂ ਭੇਜ ਚੁੱਕਿਆ ਹਾਂ ਡੀਜੀਪੀ ਨੂੰ ਇਸ ਬੰਦੇ ਨੂੰ ਅਸੀਂ ਡਿਸਮਿਸ ਕਰਾਂਗੇ ਸਰਵਿਸ ਤੋਂ ਜਿਸ ਜਿਸ ਮਦਨੇ ਇਹਦੀ ਕੰਮ ਕੀਤੀ ਹੈ ਜਗਤਾਰ ਸਿੰਘ ਹੋਨੇ ਹੈ ਮਾਨਸਾ ਤੋਂ ਤੁਸੀਂ ਕਹਿੰਦੇ ਹੋ ਕਿ ਮੈਂ ਬਰੇਟੇ ਤੋਂ ਹਾਂ ਔਰ ਸਾਡਾ ਏਰੀਆ ਅਰਬਨ ਤੇ ਵਿਲੇਜ ਉਹ ਰੇਲਵੇ ਲਾਈਨ ਵਿੱਚ ਹੀ ਜਾਂਦੀ ਹੈ ਇੱਕ ਪਾਸਾ ਤਾਂ ਥੋੜਾ ਹੋ ਗਿਆ ਅਰਬਨ ਏਰੀਆ ਇੱਕ ਪਾਸਾ ਹੋ ਗਿਆ ਦਿਹਾਤੀ ਏਰੀਆ ਤੇ ਸਾਡੇ ਕੋਲ ਕੋਈ ਹੋਰ ਫੈਸਿਲਿਟੀਆਂ ਨਹੀਂ ਪਿੰਡ ਦੇ ਵਿੱਚ ਤੇ ਟੈਕਸਿਸ ਵੀ ਜਿਹੜਾ ਮਿਊਨਿਸਪਲ ਕੋਰਪੋਰੇਸ਼ਨ ਲੈਂਦੇ ਉਹਦੇ ਨਾਲ ਵੀ ਕੋਈ ਫੈਸਿਲਿਟੀ ਨਹੀਂ ਸਾਨੂੰ ਵੀ ਨਹੀਂ ਮੈਂ ਇੱਕ ਇੱਕ ਐਕਸਰਸਮਨ ਹੈ ਇਹਦਾ ਮੇਰੇ ਸਾਡੇ ਵਾਸਤੇ ਕੀ ਕਰ ਸਕਦੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਚਾਹੇ ਤੁਸੀਂ ਐਗਰੀਕਲਚਰ ਵਾਸਤੇ ਜਿਹੜੇ ਪਿੰਡੂ ਇਲਾਕੇ ਹਨ ਉਹਨੂੰ ਤਾਂ ਪਿੰਡੂ ਦਿਹਾਤੀ ਵਿਕਾਸ ਵਾਸਤੇ ਸੀ ਪੈਸੇ ਦਿੰਨੇ ਆ ਜਿਹੜਾ ਦੂਜਾ ਏਰੀਆ ਤੁਹਾਡਾ ਅਰਬਨ ਏਰੀਆ ਉਹਦੇ ਵਿੱਚ ਮੈਂ ਤੁਹਾਡੀ ਮਦਦ ਕਰਾਂਗਾ ਵੀ ਵਿਲ ਫਾਈਂਡ ਸਮ ਸੋਲੂਸ਼ਨ ਕਿ ਤੁਹਾਡੀ ਮਦਦ ਅਸੀਂ ਕਰ ਸਕੀਏ ਇਹ ਬੜੀ ਅਜੀਬ ਗੱਲ ਹੈ ਕਿ ਇਹ ਤੁਹਾਡੇ ਇਕੱਲੇ ਨਹੀਂ ਜਾਖੜ ਵਿੱਚ ਵੀ ਹੈ ਹੋਰ ਜਗ੍ਹਾ ਤੇ ਵਿੱਚ ਵੀ ਹੈ ਉਹ ਪਲੇਟਫਾਰਮ ਦੇ ਵਿੱਚ ਦੀ ਸੜਕ ਕੱਟਦੀ ਸੀ ਜਦੋਂ ਪੰਜਾਬ ਨੂੰ ਦੋ ਫਾੜ ਕਰਦਾ ਸੀ ਔਰ ਹਰਿਆਣਾ ਬਣਾਦਾ ਸੀ ਸਾਡੇ ਵਿੱਚੋਂ ਇਹ ਅਕਾਲੀਆਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਇੱਕ ਬੇੜਾ ਘਰ ਕੱਟਾ ਸਾਡੇ ਸੁੱਖ ਦਾ ਤੁਸੀਂ ਇਹ ਪੁੱਛਿਆ ਆਪਣਾ ਜੀਐਨਡੀਯੂ ਤੁਸੀਂ ਕੋਣ ਵਿਸ਼ਾਲ ਪਖੜੀ ਵਿਸ਼ਾਲ ਪਖੜੀ ਤੁਸੀਂ ਕਹਿ ਰਹੇ ਹੋ ਕਿ ਮੈਂ ਜੀਐਨਡੀਯੂ ਦਾ ਕੈਟੇਗਰੀ ਦਾ ਸੀ ਕੈਟੇਗਰੀ ਦਾ ਬੱਚਾ ਹਾਂ ਮੈਂ ਆਪਣਾ ਬੈਚਲੀਅਰ ਡਿਗਰੀ ਕਰ ਦਿੱਤੀ ਲੇਕਿਨ ਗਵਰਨਟ ਸਾਨੂੰ ਜਿਹੜੇ ਸਾਡੀ ਯੂਨੀਵਰਸਿਟੀ ਹੈ ਸਾਨੂੰ ਡਿਗਰੀਆਂ ਨਹੀਂ ਦੇ ਰਹੇ ਜਾਂ ਤਾਂ ਸਾਡੀ ਫੀਸ ਦਾ ਦਿੱਤੀ ਜਾਵੇ ਅਸੀਂ ਇਹੇ ਕਰਕੇ ਸਾਨੂੰ ਅਸੀਂ ਫਿਰ ਨੌਕਰੀਆਂ ਵਾਸਤੇ ਵੀ ਨਹੀਂ ਅਪਲਾਈ ਕਰ ਸਕਦੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹਦੇ ਵਿੱਚ ਅਨਫੋਰਚੂਨੇਟਲੀ ਹੈ ਕਿ ਤਿੰਨ ਸਾਲਾਂ ਤੋਂ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਾਡੇ ਬੱਚਿਆਂ ਨੂੰ ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜੇ ਵਜ਼ੀਫੇ ਦਿੰਦੇ ਸੇ ਉਹਨਾਂ ਨੇ ਬੰਦ ਕਰ ਦਿੱਤੇ ਨੇ ਇਹ ਬੜੀ ਮਾੜੀ ਗੱਲ ਕੀਤੀ ਹੈ ਕਿਉਂਕਿ ਗਰੀਬਾਂ ਨੂੰ ਇਹ ਮਿਲਣਾ ਚਾਹੀਦਾ ਹੈ ਅਸੀਂ ਇਹਦਾ ਕੋਈ ਹੱਲ ਕੱਢਾਂਗੇ ਮੈਂ ਇਸ ਨੂੰ ਜ਼ਰੂਰ ਦੁਬਾਰਾ ਗਵਰਨਮੈਂਟ ਆਫ ਇੰਡੀਆ ਨਾਲ ਅਸੀਂ ਟੇਕ ਅਪ ਕਰਾਂਗੇ ਤਾਂ ਕਿ ਹੋ ਸਕੇ ਔਰ ਜਿੰਨਾ ਯੂਨੀਵਰਸਿਟੀ ਦਾ ਸਵਾਲ ਹੈ ਮੈਂ ਵਾਇਸਚਾਸਟਰ ਨੂੰ ਕਹੂੰਗਾ ਕਿ ਤੁਹਾਡੋ ਤੁਹਾਡੇ ਤੋਂ ਇੰਡੈਮਨਿਟੀ ਬਾਂਡ ਜਾਂ ਕੁਝ ਜਿਹੜਾ ਵੀ ਉਹਨਾਂ ਚਾਹੁੰਦੇ ਨੇ ਉਹ ਲੈ ਲੈਣ ਤੋਂ ਤਾਕੇ ਉਹਨਾਂ ਨੂੰ ਇਹ ਡਰ ਹੈ ਕਿ ਜਦ ਪੈਸਾ ਆਉਂਦਾ ਸੈਂਟਰ ਤੋਂ ਉਹ ਜਾਂਦਾ ਬੱਚਿਆਂ ਦੇ ਖਾਤੇ 'ਚ ਤੋਂ ਤੁਹਾਨੂੰ ਡਿਗਰੀ ਵੀ ਦੇ ਦੇਣਗੇ ਔਰ ਅਗਰ ਕੋਈ ਬੱਚਾ ਆਪਣੀ ਫੀਸ ਨਾ ਦੇਵੇ ਤਾਂ ਇਹ ਨੁਕਸਾਨ ਯੂਨੀਵਰਸਿਟੀ ਦਾ ਹੁੰਦਾ ਹੈ ਤੋਂ ਉਸ ਵਾਸਤੇ ਕੋਈ ਇੰਡੈਮਨਿਟੀ ਜਾਂ ਕੁਝ ਲੈ ਕੇ ਤੁਹਾਨੂੰ ਡਿਗਰੀਆਂ ਦੇ ਦੇਣ ਔਰ ਜਦੋਂ ਪੈਸਾ ਆਊਗਾ ਸੈਂਟਰ ਤੋਂ ਉਹ ਫਿਰ ਤੁਸੀਂ ਯੂਨੀਵਰਸਿਟੀ ਨੂੰ ਦੇ ਦੋਗੇ ਹਰਮਨ ਵੇਰਕ ਮੁਹਾਲੀ ਤੋਂ ਕਿ ਰਾਜਪੁਰੇ ਤੋਂ ਮੁਹਾਲੀ ਦੀ ਰੇਲਵੇ ਲਾਈਨ ਦਾ ਕੀ ਹੋਇਆ ਪੰਜਾਬ ਸਾਰਾ ਇਹਦੇ ਚੋਂ ਬੇਨਫਿਟ ਕਰੇਗਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਲੇਕਿਨ ਹੁਣ ਇਹ ਹੋ ਗਿਆ ਨਾ ਪਹਿਲਾਂ ਤਾਂ ਰੇਲਵੇ ਵਾਲੇ ਆਪਣੇ ਆਪ ਬਣਾਉਂਦੇ ਸੀ ਹੁਣ ਇਹ ਮੇਰੇ ਖਿਆਲ 22 ਕਿਲੋ 2 ਮੀਲ ਦੀ ਮਿਲਦਾ ਸਰਫਰ ਹੈ ਔਰ ਉਹ ਕਹਿੰਦੇ ਨੇ ਹੁਣ ਜਿਹੜਾ ਨਵਾਂ ਕਾਨੂੰਨ ਬਣਾਇਆ ਸੈਂਟਰ ਨੇ ਕਿ ਅੱਧੇ ਤੋਂ ਸਾਰੀ ਜ਼ਮੀਨ ਤਾਂ ਪਹਿਲਾਂ ਪੰਜਾਬ ਲੈਵੇ ਉਸ ਤੋਂ ਬਾਅਦ ਅੱਧਾ ਖਰਚਾ ਜੋ ਰੇਲਵੇ ਲਾਈਨ ਲਾਉਣ ਦਾ ਉਹ ਵੀ ਪੰਜਾਬ ਕਰੇ ਤੇ ਇਹ ਸਾਡੇ ਤੱਕ ਵਾਸਤੇ ਤਕਰੀਬਨ 400 ਕਰੋੜ ਰੁਪਏ ਬਣ ਜਾਂਦਾ ਹੈ ਲੇਕਿਨ ਅਸੀਂ ਉਹਨਾਂ ਨੂੰ ਹੁਣੇ ਲਿਖ ਰਹੇ ਹਾਂ ਕਿਉਂਕਿ ਉਹ ਯੂਟੀ ਹੈ ਚੰਡੀਗੜ੍ਹ ਚੰਡੀਗੜ੍ਹ ਤੋਂ ਚੱਲਣਾ ਹੈ ਔਰ ਇਹ ਟ੍ਰੇਨ ਨੇ ਅੱਗੇ ਜਾਣੇ ਰਾਜਸਥਾਨ ਤੋਂ ਇੰਟਰ ਸਟੇਟ ਟ੍ਰੇਨ ਬਣ ਗਈ ਤਾਂ ਸੋਨੂੰ ਪੰਜਾਬ ਦੇ ਵਿੱਚ ਹੀ ਨਹੀਂ ਇਹ ਤਾਂ ਚੰਡੀਗੜ੍ਹ ਤੋਂ ਲੈ ਕੇ ਰਾਜਪੁਰਾ ਰਾਧਪੁਰੇ ਤੋਂ ਲੈ ਕੇ ਅੱਗੇ ਜੋਧਪੁਰ ਜੈਪੁਰ ਜਿੱਥੇ ਨਹੀਂ ਵੀ ਜਾਣਾ ਹੋਏ ਇਹ ਸਾਰਾ ਜਾਊਗਾ ਸੋ ਇੰਟਰ ਸਟੇਟ ਕਰਕੇ ਦੇ ਸ਼ੁੱਡ ਸਾਡੇ ਸਾਡੀ ਇਹ ਰੇਲਵੇ ਲਾਈਨ ਨੂੰ ਇਹ ਸਪੈਸ਼ਲ ਤੌਰ ਤੇ ਲੈਂਡ ਹੋਰ ਇਹਨੂੰ ਇੰਟਰ ਸਟੇਟ ਹੋਣ ਕਰਕੇ ਆਪ ਖਰਚਾ ਵੀ ਸੈਂਟਰ ਵਾਲੇ ਇਹ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜਗਸੀਰ ਸਿੰਘ ਜੀ ਤਰਾੜ ਪਿੰਡਾ ਡਿਸਟ੍ਰਿਕਟ ਬਠਿੰਡੇ ਤੋਂ ਤੁਸੀਂ ਕਹਿ ਰਹੇ ਹੋ ਕਿ ਆ ਪਹਿਲੇ ਪੰਜ ਸਾਲ ਹੀ ਦੇ ਯਾਦ ਵਿੱਚ ਜਦੋਂ ਗੁਰਪੁਰਬ ਤੇ ਅਸੀਂ 505 ਪੰਜਾਬ ਬੂਟੇ ਲਗਵਾਏ ਸੀ ਹਰ ਪਿੰਡ ਦੇ ਵਿੱਚ ਔਰ 400 ਹੁਣ ਤੇ ਗੁਰੂ ਤੇਗ ਮਹਾਰਜ ਤੇ ਗਵਾਦਰ ਤੇ ਨਾਤੇ ਅਸੀਂ ਲਗਾ ਰਿਹਾ ਆ ਇਹਦਾ ਦੇਖਭਾਲ ਵੀ ਕਰਨੀ ਚਾਹੀਦੀ ਆ ਦੇਖਭਾਲ ਵੀ ਜਿਹੜੇ ਲਾਉਂਦੇ ਨੇ ਤੁਹਾਨੂੰ ਕਰਨੀ ਚਾਹੀਦੀ ਆ ਤੁਸੀਂ ਪਿੰਡਾਂ ਵਾਲੇ ਲਾਉਨੇ ਆ ਆਪਣੇ ਪਿੰਡ ਦੇ ਵਿੱਚ ਤੁਸੀਂ ਦੇਖਭਾਲ ਕਰੋ ਮੈਂ ਤਾਂ ਸਮਾਏ ਵੀ ਕਹਿਣਾ ਚਾਹੁੰਦਾ ਆ ਕਿ ਆਪਣੇ ਵੇੜਿਆਂ ਵਿੱਚ ਵੀ ਇੱਕ ਇੱਕ ਬੂਟਾ ਲਾਓ ਕੋਈ ਲਾ ਮੈਂ ਵੀ ਉਹਨੇ ਨਹੀਂ ਨੇ ਇੱਥੇ ਮੈਂ ਬੇਰ ਲਾਏ ਨੇ ਪਿਉਂ ਦੀ ਬੇਰ ਨਹੀਂ ਲਾਏ ਮੈਂ ਝਾੜ ਬੇਰ ਲਾਏ ਨੇ ਕਿਉਂਕਿ ਸਾਡੀ ਇਹ ਪਰੰਪਰਾ ਹੈ ਆਪਣੇ ਪੰਜਾਬ ਦੀ ਔਰ ਤੁਸੀਂ ਵੀ ਆਪਣੇ ਬੇੜਿਆਂ ਦੇ ਵਿੱਚ ਕੁਛ ਨਾ ਕੁਛ ਲਾ ਦਿਓ ਜਿਹੜੇ ਪੰਜਾਬ ਦੇ ਕੋਈ ਯਾਦ ਆਵੇ ਬੇਰੀ ਲਾ ਦਿਓ ਜਾਂ ਜਾਂ ਕੁਛ ਟਾਲੀ ਲਾ ਦਿਓ ਜਾਂ ਕਿਕਰ ਲਾ ਦਿਓ ਜੋ ਮਰਜੀ ਲਾ ਦਿਓ ਕਿਉਂ ਬਠਿੰਡਾ ਏਰੀਆ ਤਾਂ ਥੋੜਾ ਸੋਕੇ ਦਾ ਇਲਾਕਾ ਹੈ ਪਰ ਔਰ ਦੇਖ ਦੇਖਭਾਲ ਕਰੋ ਔਰ ਖਾਸ ਕਰਕੇ ਜੋ ਪਿੰਡ ਨੇ ਲਾਇਆ ਤਾਂ ਸਾਰੇ ਪਿੰਡ ਵਾਲੇ ਆਪਣੇ ਇੱਕ ਬਰਾਬਰ ਇਹਨਾਂ ਦੇ ਇਹਨਾਂ ਦੇ ਤੁਸੀਂ ਇਹ ਨਹੀਂ ਦੇਖਭਾਲ ਕਰ ਸਕਦੇ ਹੋ ਦੇਖੋ ਚਾਰ ਇੱਕ ਇੱਕ ਕਰਦੇ ਟਾਣੀਆਂ ਦੇ ਇੱਕ ਇੱਕ ਆੜੇ-ਦਾਲੇ ਬਣਾ ਲਓ ਇੱਕ ਜੰਗਲਾ ਜਿਹਾ ਤਾਂ ਕਿ ਡੰਗਰ ਨਾ ਖਾ ਸਕਣ ਔਰ ਪਾਣੀ ਦਿੰਦੇ ਰਹੋ ਇਹ ਦਰਖਤ ਬੜੀ ਜਲਦੀ ਹੋ ਜਾਂਦੇ ਨੇ ਇਹ ਜਿਹੜੇ ਆਪਣੇ ਉੱਤਰ ਦੇ ਨੇ ਤੇ ਮੈਂ ਆਸ ਕਰਦਾ ਕਿ ਤੁਸੀਂ ਕਰੋਗੇ ਔਰ ਸਾਰੇ ਪਿੰਡ ਕਰਨਗੇ ਇਸ ਕਾਲ ਨੂੰ ਪਹਿਲੇ 5 ਚਾਹੀਦੇ ਆਪਣੇ ਗੁਰਪੁਰ ਤੇ 77 ਲੱਖ ਬੂਟੇ ਲਾਏ ਸੀ ਔਰ ਹੁਣ ਨੌਵੇਂ ਪਾਛਾਈ ਦੇ ਗੁਰਪੁਰ ਤੇ ਅਸੀਂ ਆ ਰਹੇ ਹਾਂ 75 ਲੱਖ ਟੋਟਲ ਬਣ ਜਾਂਦਾ ਹੈ ਇਹ तकरीबन 1 ਕਰੋੜ ਤੋਂ ਉੱਪਰ। ਔਰ 1 ਕਰੋੜ ਤੋਂ ਉੱਪਰ ਆਪਣੇ ਬੂਟੇ ਲੱਗ ਜਾਣ ਤਾਂ ਦੇਖੋ ਪੰਜਾਬ ਦੀ ਕਿਹਸੀ ਹਾਲਾਤ ਸੁਧਰੇਗੀ। ਜਿੰਨੇ ਬੂਟੇ ਲਾਵਾਂਗੇ ਇੰਨਾ ਆਕਸੀਜਨ ਬਦੂ ਔਰ ਇੰਨਾ ਆਕਸੀਜਨ ਬਦੂ ਆਪਣੇ ਆਉਣ ਵਾਲੀ ਪੀੜ੍ਹੀਆਂ ਦਾ ਫਾਇਦਾ ਹੋਊਗਾ। ਬੱਚੇ ਸਾਡੇ ਚੰਗੇ ਪਲਣਗੇ। ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਤਾਂ ਹੀ ਮੈਂ ਕਿਹਾ ਸੀ ਕਿ ਜ਼ਰੂਰੀ ਹੈ ਕਿ ਆਪਾਂ ਇੱਥੇ ਕਿਉਂਕਿ ਆਪਣੇ ਜੰਗਲਾ ਜੰਗਲ ਰਹਿ ਨਹੀਂ ਹੁਣ ਹੁਣ ਤਾਂ ਸਾਰੇ ਖੇਤੀ ਕਰਨ ਲੱਗੇ ਆਪਣੇ ਏਰੀਆ ਪਹਿਲਾਂ ਤਾਂ ਬੀੜ ਹੁੰਦੇ ਸੀ ਕੋਈ ਇੱਥੇ ਹੋਰ ਦਰਖਤ ਵਗੈਰਾ ਟਾਲੀਆਂ ਟੁੰਲੀਆਂ ਹੁੰਦੀਆਂ ਸੀ ਹੁਣ ਤਾਂ ਸਾਰੀਆਂ ਕੱਟ ਦਿੱਤੀਆਂ ਔਰ ਹੁਣ ਆ ਗਿਆ ਸਮਾਂ ਕਿ ਆਪਾਂ ਨੇ ਆਪਣੇ ਬੱਚਿਆਂ ਦੀ ਸਿਹਤ ਵਾਸਤੇ ਔਰ ਪੰਜਾਬ ਵਾਸਤੇ ਆਪਾਂ ਨੂੰ ਇਹ ਦਰਖਤ ਲਾਉਣੇ ਜ਼ਰੂਰੀ ਨੇ ਆ ਰਾਕੇਸ਼ ਉਹਨੇ ਜੀ ਨੰਗਲ ਤੋਂ ਪੁੱਛ ਰਹੇ ਨੇ ਕਿ ਤੁਹਾਡੇ ਲਿੰਕ ਜਿਹੜੀ ਸੜਕਾਂ ਨੇ ਮਾਲਪੁਰ ਬਹਿਰਾਮ ਜਗੜਸ਼ੰਕਰ ਬੰਗਾ ਦਰਸ਼ਨਾ ਅਨੰਤਪੁਰ ਸਾਹਿਬ ਅਬੜੇ ਮਾੜੀ ਹਾਲਤ ਦੇ ਵਿੱਚ ਨੇ ਇਹਨਾਂ ਦਾ ਕੀ ਕੀਤਾ ਜਾਵੇ ਇਹ ਜਿਹੜੀ ਜਿਹੜਾ ਸਵਾਲ ਤੁਸੀਂ ਕੀਤਾ ਹੈ ਤਿੰਨ ਅਲੱਗ-ਅਲੱਗ ਸੜਕਾਂ ਨੇ ਉਹਦੇ ਵਿੱਚੋਂ ਜਿੱਥੇ ਤਾਂ ਇਹ ਤਾਂ ਗੜਸ਼ੰਕਰ ਤੇ ਅਨੰਤਪੁਰ ਸਾਹਿਬ ਦਾ ਉਹ ਐਸਆਲ ਅਸੀਂ ਪੂਰਾ ਕਰ ਦਾਂਗੇ 30 ਜੂਨ ਤੱਕ ਇੱਕ ਪੂਰੀ ਹੋ ਜਾਏਗੀ ਜਿਹੜਾ ਤੁਹਾਡਾ ਬੰਗਾ ਗੜਸ਼ੰਕਰ ਹੈ ਉਹ ਅਕਤੂਬਰ ਦੇ ਅਖੀਰ ਚ ਹੁਣ ਦੋ ਮਹੀਨਿਆਂ ਚ ਖਤਮ ਹੋ ਜਾਣੀ ਹੈ ਔਰ ਤੀਸਰਾ ਜਿਹੜਾ ਹੈ ਜਿਹੜਾ ਰੋਪੜ ਦੇ ਨਾਲ ਲੱਗਦਾ ਉਹਨੂੰ ਹਾਲੇ ਹਾਲੇ ਦੀ ਅਪਰੂਵਲ ਪੂਰੀ ਹੋਈ ਨਹੀਂ ਹੋਣ ਵਾਲੀ ਹੈ ਜਦ ਹੋਊਗੀ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਔਰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਜਲਦੀ ਆਪਾਂ ਕਰ ਸਕੀਏ ਅ ਮੁਕੇਸ਼ ਗੁਪਤਾ ਜੀ ਕਪੂਰਥਲੇ ਤੋਂ ਤੁਸੀਂ ਇਹ ਪੁੱਛਦੇ ਹੋ ਕਿ ਥੋੜਾ ਡਰਾਈਵਿੰਗ ਲਾਇਸੈਂਸ ਪਹਿਲਾਂ ਡੇਟੋ ਕਪੂਰਥਣਾ ਤਾਂ ਹੋ ਗਿਆ ਸੀ ਨਾਉ ਮੈਨੂੰ ਹੁਣ ਮੈਨੂੰ ਜਾਣਾ ਪੈਂਦਾ ਜਲੰਧਰ ਰੀਨਿਊਲ ਵਾਸਤੇ ਉਹ ਬੜੀ ਸਾਨੂੰ ਔਕਾਏ ਲੱਗਦਾ ਹੈ ਉੱਥੇ ਜਾਣਾ ਹਰ ਵੇਲੇ ਲੋਕਾਂ ਨੂੰ ਕਪੂਰਥਲੇ ਤੋਂ ਹੁਣ ਇਹਦੇ ਵਿੱਚ ਤੁਹਾਨੂੰ ਪਤਾ ਹੈ ਸਾਰਥੀ ਇੱਕ ਸਕੀਮ ਚੱਲੀ ਹੈ ਅਗਰ ਤੁਸੀਂ ਸਾਰਥੀ ਦੇ ਅਧੀਨ ਤੁਸੀਂ ਹੋ ਤਾਂ ਤਾਂ ਫਿਰ ਥੋੜਾ ਐਸਡੀਐਮ ਕਪੂਰਥਲੇ ਕਰ ਦੂਗਾ ਤਾਂ ਤੁਸੀਂ ਹੁਣ ਇੱਕ ਵਾਰ ਜਾ ਕੇ ਤਾਂ ਔਖੇ ਸੌਖੇ ਆਪਣੀ ਉਥੋਂ ਜਲੰਧਰ ਤੋਂ ਕਰਾ ਲਓ ਉਸ ਤੋਂ ਬਾਅਦ ਤੁਸੀਂ ਰਜਿਸਟਰ ਹੋ ਜਾਓ ਸਾਰਥੀ ਦੇ ਨਾਲ ਤਾਂ ਕਿ ਫਿਰ ਤੁਹਾਨੂੰ ਅੱਗੇ ਜਾਣ ਦੀ ਲੋੜ ਨਾ ਪਵੇ ਤੁਸੀਂ ਆਪਣੇ ਐਸਡੀਐਮ ਕੋਲ ਜਾ ਕੇ ਆਪਣਾ ਕਰਾ ਸਕੋਗੇ ਅੱਗੇ ਮੁਕੇਸ਼ ਵਰਮਾ ਜੀ ਜਲੰਧਰ ਤੋਂ ਪੁੱਛਦੇ ਨੇ ਕਿ ਜਿਹੜੇ ਪੀਐਸ ਪੀਐਸ ਪੀਸੀਐਲ ਦੇ 6 ਮਹੀਨਾ ਤੋਂ ਡੈਕਲੇਰੇਸ਼ਨ ਹੋ ਗਿਆ ਰਿਜ਼ਲਟਸ ਉਹਦਾ ਕਦ ਸਾਨੂੰ ਪਤਾ ਲੱਗੂਗਾ ਕਿ ਕੌਣ ਅਪਾਇੰਟਮੈਂਟ ਵਗੈਰਾ ਉਹਨੂੰ ਕਿਹਨੂੰ ਮਿਲ ਰਹੀ ਹੈ ਇਹਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਵਿਡ ਕਰਕੇ ਮਾਰਚ ਦਾ ਕੋਵਿਡ ਹੋ ਗਿਆ ਸੀ 6 5 ਮਹੀਨੇ ਤਾਂ ਇਸ ਨੂੰ ਹੀ ਹੋ ਗਏ ਨੇ ਉਦੋਂ ਤੋਂ ਥੋੜੀ ਸਭ ਕੁਝ ਲਾਕਡਾਊਨ ਹੋ ਗਈ ਸੀ ਹੁਣ ਅਸੀਂ ਚੈਕਿੰਗ ਇਹਦੇ ਜਿਹੜੇ ਵੇਰੀਅਸ ਪੋਸਟ ਜਿਹੜੇ ਵਕਵਰ ਪੋਸਟ ਸੀ ਨੇ ਔਰ ਮਾਰਚ ਦੇ ਵਿੱਚ ਜਿਹੜੀ 20 2023 ਇਸ ਸਾਲ ਦੀ ਮਾਰਚ ਵਿੱਚ ਬਟ ਲਾਕਡਾਊਨ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇਹ ਕੰਮ ਰੁਕਿਆ ਸੀਗਾ ਲੇਕਿਨ ਇਹ ਕੰਪਲੀਟ ਹੋ ਗਿਆ ਹੁਣ ਔਰ ਜੁਲਾਈ ਹੁਣ ਜਿਹੜਾ ਸਾਡਾ ਜੁੜਾਏ ਹੁਣ ਮੁਕਰਿਆ ਮੁੱਕ ਗਿਆ ਉਹਦੇ ਵਿੱਚ ਇਹਨੇ ਆਪਣਾ ਪੂਰਾ ਲਿਸਟਾ ਬਣ ਗਿਆ ਨੇ ਔਰ ਉਹਦੇ ਨਾਲ ਜਿਹੜੇ ਸਿਲੈਕਟਡ ਕੈਂਡੀਡੇਟਸ ਅਕਾਊਂਟ ਆਫੀਸਰ ਸੇ ਰੈਵਨਿਊ ਅਕਾਊਂਟੈਂਟ ਸੇ ਤੇ ਸੁਪਰਟੈਂਡੈਂਟ ਡਿਵੀਜ਼ਨਲ ਅਕਾਊਂਟਸ ਉਹਨਾਂ ਨੂੰ ਚਿੱਠੀਆਂ ਅਗਲੇ ਹਫ਼ਤੇ ਵਿੱਚ ਜਾਣਗੀਆਂ ਜਿਹੜੇ ਤੁਸੀਂ 2393 ਤੋਂ ਲੈ ਕੇ ਨੰਬਰ ਤੋਂ 71 ਤੱਕ ਜੋ ਐਲੀਜੀਬਲ ਕੈਂਡੀਡੇਟਸ ਜਿਹੜੇ ਕੈਂਡੀਡੇਟਸ ਪਾਸ ਹੋਏ ਨੇ ਜੋ ਸਿਲੈਕਟ ਹੋਏ ਨੇ ਉਹਨਾਂ ਦਾ ਚਿੱਠੀਆਂ ਭੇਜ ਚੁੱਕੀਆਂ ਨੇ ਅਸਿਸਟੈਂਟ ਲਾਈਨਮੈਨ ਵਾਸਤੇ ਅਸਿਸਟੈਂਟ ਇੰਜੀਨੀਅਰ ਉਬਲੀਕ ਇਲੈਕਟ੍ਰੀਕਲ ਰਿਸਪੈਕਟਿਵਲੀ ਤੇ ਉਹ ਉਹ ਤਾਂ ਜੁਆਇਨ ਵੀ ਕਰ ਗਏ ਨੇ ਪੀਸੀਐਸ ਪੀਸੀਐਲ ਉਹ ਜਿਹੜੇ ਬਾਕੀ ਨੇ ਉਹ ਜਲਦੀ ਹੋ ਤੁਹਾਨੂੰ ਇਹ ਮਿਲ ਜਾਣਗੀਆਂ ਚਿੱਠੀਆਂ ਤੁਸੀਂ ਫਿਰ ਮੈਨੂੰ ਪ੍ਰਭਜੋਤ ਪ੍ਰਭਜੋਤ ਦਾ ਖੰਨੇ ਦੇ ਪੁੱਛੇ ਨੇ ਕਿ ਤੁਸੀਂ ਇਨਾਨ ਕੀਤਾ ਸੀ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਤੇ ਕਿ ਅਸੀਂ 6 ਲੱਖ ਨੌਕਰੀਆਂ ਕਰਾਉਣੇ ਮੈਂ ਕਿਹਾ ਸੀਗਾ 1 ਲੱਖ ਸਰਕਾਰੀ ਨੌਕਰੀ 50 ਹਜ਼ਾਰ ਇਸ ਸਾਲ 50 ਹਜ਼ਾਰ ਅਗਲੇ ਸਾਲ ਔਰ 5 ਲੱਖ ਨੌਕਰੀਆਂ ਦੀ ਮਦਦ ਅਸੀਂ ਕਰਾਂਗੇ ਕਿ ਲੋਕ ਪ੍ਰਾਈਵੇਟ ਸੈਕਟਰ ਦੇ ਵਿੱਚ ਲੈ ਸਕਣ ਉਹ ਸ਼ੁਰੂਆਤ ਅਸੀਂ ਹੁਣ ਜਲਦੀ ਉਹ ਕਰਨ ਲੱਗੇ ਆ ਮੀਟਿੰਗਾਂ ਇਹਦੇ ਛੋ ਚੁੱਕੀਆਂ ਨੇ ਔਰ ਮੇਰਾ ਖਿਆਲ ਜਲਦੀ ਥੋੜਾ ਅਲਾਨ ਵੀ ਹੋਣ ਲੱਗਾ ਹੈ ਤੋ ਇਹ ਤੇ ਤੁਹਾਡੇ ਸਵਾਲ ਅੱਜ ਦੇ ਔਰ ਮੈਂ ਕਨਵਾਦੀ ਹੈ ਕਿ ਤੁਸੀਂ ਇਹਨਾ ਇੰਟਰਸਟ ਲੈ ਰਹੇ ਹੋ ਇੰਟਰਸਟ ਲੈ ਰਹੇ ਹੋ ਥੋੜਾ ਕਰ ਹੈ ਸਾਰਾ ਪੰਜਾਬ ਕਰ ਹੈ ਸਾਰਿਆਂ ਨੂੰ ਇੰਟਰਸਟ ਹੈ ਆਪਣੇ ਪਿੰਡਾਂ ਤੇ ਆਪਣੇ ਸ਼ਹਿਰਾਂ ਵਿੱਚ ਤੇ ਮੈਂ ਆਸ ਕਰਦਾ ਹੈ ਕਿ ਤੁਸੀਂ ਇਹ ਸਵਾਲ ਕਰਦੇ ਰਹੋ ਔਰ ਪਰ ਪਹਿਲਾ ਮੇਰੀ ਗੱਲ ਤੁਸੀਂ ਮੰਨੋ ਔਰ ਮੈਂ ਫਿਰ ਦੁਬਾਰਾ ਦੁਬਾਰਾ ਦੁਹਰਾ ਰਿਹਾ ਹਾਂ ਕੋਵਿਡ ਦਾ ਧਿਆਨ ਰੱਖਣਾ ਹੈ। ਔਰ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ ਕਰੋ ਆਪ ਆਪਨੇ ਪੰਜਾਬ ਨੂੰ ਬਚਾਈਏ। ਬਹੁਤ ਤੁਹਾਡਾ ਸ਼ੁਕਰੀਆ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਹਿੰਦ।